साखी नंबर 24 गुरु दर पहुंच। भाई बुढ़े दे जीओ विच भाई दुनी चंद की बड़ी कदर सी, जिसने गुरु नानक देव जी दे बचन हुंदे सार लखां दी जायदाद गरीबां नूं वंड दित्ती ते घर नूं धर्मसाल बना के गुरमुख हो साधु बिरती धार के जगत उधार दे कारज विच जन्म सफल कर रहा सी। ਉਹ ਭਾਈ ਦੁਨੀ ਚੰਦ ਲਾਹੌਰ ਦੀ ਸੰਗਤ ਨੂੰ ਨਾਲ ਲੈ ਕੇ ਖਡੂਰ ਸ੍ਰੀ ਹਜ਼ੂਰ ਜੀ ਦੇ ਦੀਦਾਰ ਨੂੰ ਆ ਰਿਹਾ ਹੈ ਦੀ ਖਬਰ ਸੁਣ ਕੇ ਭਾਈ ਬੁੱਢਾ ਸੰਗਤ ਨੂੰ ਨਾਲ ਲੈ ਕੇ ਆਪ ਅੱਗੋਂ ਲੈਣ ਨੂੰ ਆਇਆ। ਖਡੂਰ ਤੋਂ ਥੋੜ੍ਹੀ ਵਾਟ 'ਤੇ ਦੋ ਪ੍ਰੇਮ ਭਰੀਆਂ ਸਤਸੰਗ ਨਦੀਆਂ ਦਾ ਸੰਗਮ ਹੋ ਗਿਆ ਅਤੇ ਦੋਵੇਂ ਸ਼ਬਦ ਪੜ੍ਹਦੇ ਖਡੂਰ ਨੂੰ ਟੁਰ ਪਏ। ਦੁਨੀ ਚੰਦ ਅਤੇ ਹੋਰ ਮੁਖੀ ਲਾਹੌਰ ਤੋਂ ਇਹ ਖਿਆਲ ਲੈ ਕੇ ਟੁਰੇ ਸਨ ਕਿ ਰਸਤ ਵੀ ਚੋਖੀ ਲੈ ਚੱਲੋ, ਤੰਬੂ ਕਨਾਤਾਂ ਅਤੇ ਉਤਾਰੇ ਦੇ ਸਾਰੇ ਸਮਾਨ ਵੀ ਲੈ ਲਓ, ਕਿਉਂ ਜੋ ਅਜੇ ਥੋੜ੍ਹੇ ਦਿਨ ਗੁਰੂ ਪ੍ਰਕਾਸ਼ ਨੂੰ ਹੋਏ ਹਨ। ਖਡੂਰ ਵਿੱਚ ਸਮਾਨ ਉਤਨੇ ਨਹੀਂ ਹੋਣੇ ਜਿਤਨੇ ਕਰਤਾਰਪੁਰ ਸਨ, ਪਰ ਪਹੁੰਚ ਕੇ ਕੀ ਡਿੱਠੋ ਨੇ ਕਿ ਮੰਡਪ ਬਣਿਆ ਖੜ੍ਹਾ ਹੈ। ਸੋ ਪਹਿਲਾਂ ਉਸ ਮੰਡਪ ਅੰਦਰ ਗਏ ਜਿੱਥੇ ਗੁਰੂ ਕਾ ਸਿੰਘਾਸਨ ਸਜ ਰਿਹਾ ਸੀ ਅਤੇ ਜਿੱਥੇ ਸਵੇਰੇ ਦੀਵਾਨ ਲੱਗਦਾ ਸੀ। ਇਹ ਭਾਵੇਂ ਕੱਖਾਂ ਕਾਨਿਆਂ ਬਾਂਸਾਂ ਸਿਰਕੀਆਂ ਦਾ ਸੀ, ਪਰ ਕਾਫ਼ੀ ਵੱਡਾ ਅਤੇ ਪ੍ਰਭਾਵ ਅੰਮ੍ਰਿਤਮਈ ਸੀ। ਸਿੰਘਾਸਨ ਉਹ ਸੀ ਜਿਸ ਦੀ ਬਾਬਤ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇ ਕੇ ਆਖਿਆ ਸੀ ਕਿ ਮੇਰਾ ਸਿੰਘਾਸਨ ਮਾਈ ਵਰਾਈ ਦੇ ਘਰ ਪਿਆ ਹੈ, ਉਸ ਉੱਤੇ ਜਾ ਬੈਠਣਾ। ਇਸ ਵੇਲੇ ਭੋਗ ਪੈ ਚੁੱਕਾ ਸੀ। ਗੁਰੂ ਜੀ ਬਾਹਰ ਸੈਲੇ 'ਤੇ ਗਏ ਹੋਏ ਸਨ। ਸੰਗਤ ਸਿੰਘਾਸਨ ਨੂੰ ਨਮਸਕਾਰ ਕਰੋ ਦੁਆਲੇ ਪਰਿਵਾਰ ਪਾ ਕੇ ਬੈਠ ਗਈ, ਪੰਜ ਸ਼ਬਦ ਗਾਇਨ ਕੀਤੇ। ਇਸ ਵੇਲੇ ਭਾਈ ਦੁਨੀ ਚੰਦ ਨੇ ਭਾਈ ਸੈਣ ਵੱਲ ਤੱਕ ਕੇ ਕਿਹਾ, ਵੀਰਾ ਦੇਖ ਗੁਰੂ ਕੇ ਘਰ ਕਾਹਦੀ ਕਮੀ ਹੈ, ਕਮੀਆਂ ਸਾਡੇ ਘਰ ਵਿੱਚ ਵਸਦੀਆਂ ਹਨ। ਜਿਵੇਂ ਇੱਥੇ ਗੁਰੂ ਪ੍ਰਕਾਸ਼ ਹੁੰਦੇ ਹੀ ਚਹਿਲ ਪਹਿਲ ਹੋ ਗਈ ਹੈ, ਅਸੀਂ ਉਰੇ ਹਾਂ। ਹੇ ਗੁਰੂ ਨਾਨਕ ਤੂੰ ਪੂਰਾ, ਤੂੰ ਪੂਰਾ ਹਮ ਉਰੇ ਹੋਛੇ, ਤੂੰ ਗੌਰਾ ਹਮ ਗੌਰੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੂੰ ਸ੍ਰੀ ਗੁਰੂ ਜੀ ਬਾਹਰੋਂ ਆ ਗਏ, ਸੰਗਤ ਆ ਪਹੁੰਚੀ, ਸੁਣ ਕੇ ਮੰਡਪ ਵਿੱਚ ਆ ਗਏ ਅਤੇ ਸਿੰਘਾਸਨ 'ਤੇ ਬਿਰਾਜ ਗਏ। ਪਹਿਲਾਂ ਤਾਂ ਸਾਰੀ ਸੰਗਤ ਨੇ ਮੱਥਾ ਟੇਕਿਆ, ਫਿਰ ਦੁਨੀ ਚੰਦ ਦੀ ਵਿਉਂਤ ਮੂਜਬ ਇੱਕ ਇੱਕ ਨੇ ਉੱਠ ਕੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਈ। ਭਾਈ ਸੈਣ ਸਾਰਿਆਂ ਦੇ ਨਾਮ ਅਤੇ ਕੋਈ ਕੋਈ ਗੱਲ ਬਿਨੇ ਕਰਦਾ ਗਿਆ। ਦੁਨੀ ਚੰਦ ਸਭ ਤੋਂ ਪਿੱਛੇ ਬੈਠਾ ਸੀ, ਹੁਣ ਅਖੀਰ 'ਤੇ ਆ ਪਾ ਕੇ ਚਰਨਾਂ ਨੂੰ ਲਿਪਟ ਗਿਆ। ਗੁਰੂ ਜੀ ਪਛਾਣਦੇ ਸਨ, ਚਰਨਾਂ ਨਾਲ ਲਿਪਟੇ, ਪਿਆਰੇ ਦੀ ਪਿੱਠ 'ਤੇ ਹੱਥ ਫੇਰ ਕੇ ਆਖਣ ਲੱਗੇ, ਸਭ ਕੁਛ ਲੁਟਾ ਕੇ ਸ਼ਾਹ ਬਣਨ ਵਾਲੇ ਸੱਜਣਾ, ਤੂੰ ਹੈ ਪੂਰਾ ਸ਼ਾਹ, ਜਿਸ ਨੇ ਅਣਹੋਈ ਨੂੰ ਜੋ ਹੋਈ ਲੱਗਦੀ ਹੈ ਵਗਾਹ ਮਾਰਿਆ ਅਤੇ ਉਹ ਜੋ ਹੈ ਸਦਾ ਹੈ ਪੂਰਨ ਹੈ ਉਸ ਨੂੰ ਪ੍ਰਾਪਤ ਕਰ ਲਿਆ। ਪਾ ਕੇ ਫਿਰ ਖਿਸਕਣ ਨਹੀਂ ਦਿੱਤਾ ਅੱਠੇ ਪੈਰ ਉਸ ਪੂਰੇ ਦੇ ਜੋ ਬੇਪਰਵਾਹ ਹੈ, ਪ੍ਰੇਮ ਵਿੱਚ ਆਪਣੇ ਆਪ ਨੂੰ ਪਾਈ ਰੱਖਿਆ, ਉਸ ਦੇ ਪ੍ਰੇਮ ਵਿੱਚ ਰੰਗਿਆ ਰਿਹਾ। ਅਸਮਾਨਾਂ ਵੱਲ ਤੱਕ ਕੇ ਅਤੇ ਸੋਹਣਾ ਸਵਾਦਲਾ ਲਮੇਰਾ ਸਵਾਸ ਲੈ ਕੇ ਉਸ ਅਥਾਹ ਦੇ ਦਰਸ਼ਨ ਦੀ ਸਿੱਖ ਵਿੱਚ ਅਤੇ ਉਸ ਦੇ ਰੂਪ ਦੀ ਪ੍ਰਾਪਤੀ ਦੀ ਲੈ ਕੇ ਲੱਗੇ ਹੋਏ ਵਿਰਲੇ ਹੀ ਹਨ ਅਤੇ ਉਹ ਕਠਿਨਤਾ ਨਾਲ ਮਿਲਦੇ ਹਨ। ਪੂਰਾ ਹੋਵੇ ਗੁਰੂ ਜਿਸ ਦਾ ਬੋਲ ਹੋਵੇ ਪੂਰਾ, ਹਾਂ ਭਾਗ ਜਾਗ ਪੈਣ ਪੂਰੇ ਤਾਂ ਮਿਲਦਾ ਹੈ ਉਹ ਪੂਰਾ, ਹਾਂ ਭਾਗ ਜਾਗ ਪੈਣ ਪੂਰੇ ਤਾਂ ਮਿਲਦਾ ਹੈ ਉਹ ਪੂਰਾਪਣ ਜੋ ਕਦੇ ਊਰਾ ਨਹੀਂ ਹੋਣ ਦਿੰਦਾ। ਇਉਂ ਗੁਰੂ ਜਿਸ ਨੂੰ ਕਰ ਦੇਵੇ ਪੂਰਿਆਂ, ਫਿਰ ਉਸ ਦਾ ਤੋਲ ਉਸ ਦੀ ਕੀਮਤ ਕੂਦ ਕਦੇ ਨਹੀਂ ਘਟਦੀ। ਤੈਨੂੰ ਪੂਰੇ ਗੁਰੂ ਨੇ ਪੂਰਾ ਕੀਤਾ, ਤੂੰ ਪੂਰਾ ਸ਼ਾਹ ਬਣ ਗਿਆ। ਪਹਿਲੋਂ ਤੇਰੀ ਸ਼ਾਹਗੀਰੀ ਕੰਗਾਲਤ ਆਈ ਸੀ, ਹੁਣ ਦੀ ਤੇਰੀ ਸ਼ਾਹਗੀਰੀ ਪਾਤਸ਼ਾਹੀ ਹੈ। ਉਹ ਸੰਗਤ ਵੀ ਧੰਨ ਧੰਨ ਹੈ ਜਿਸ ਦੀ ਸਪੁਰਦਗੀ ਗੁਰੂ ਨੇ ਤੈਨੂੰ ਕੀਤੀ। ਲੱਗਾ ਰਹੋ ਸੱਜਣਾ ਗੁਰੂ ਨਾਨਕ ਦੇਵ ਦੇ ਬਖਸ਼ੇ ਨਾਮ ਅਰਾਧਨ ਵਿੱਚ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਵੇ ਪ੍ਰਵਾਹ
रहन एकतै रंग दर्शन रूप था विरले पाई है। कर्म पूरे पूरा गुरु पूरा जां का बोल नानक पूरा जे कर कटे नाही तोल। इस वेले दुनी चंद जिस दी गुरु ने पहला बाहरली माया लुटवाई सी ते फिर अंदरों माया प्रेम मूल वाली होमे दी लुट पुआई सी गुरु चरणा नू लिपटिया ओह रस माण रहा है जो गुरु नानक चरणा विचों माणदा हुंदा सी। प्रेम दे तरंग नाल निर्मल आपा अर्प रहा है ते गुरु आपे विच जो रस लीनता विच लीन है निर्मल नीर दी निक्की नै मान सरोवर विच प्रवेश कर रही है। कुछ देर इस प्रकार दे मेल मिलाप मगरों साहिब उठे ते संगत समेत लंगर विच आए। संगत ने डिठा कि लंगर विच माता जी आप सेवा कर रहे हन। सामान पूरे हन चाहो पतला हन कसोरे हन मिट्टी दे या कूजे हन मिट्टी दे लंगर सब लई सांझा है जात पात दा लिहाज नहीं। इस तरह प्रसाद शक्षका के गुरु जी आराम करन चले गए ते संगतां आपो अपने उतारियां दे थां चली गई। वाहिगुरु जी का खालसा वाहिगुरु जी की फतेह। साखी 15 दिन चरिया। लाहौर दी संगत ने डिठा के गुरु जी दी दिन चरिया लगभग करतारपुर वांगू ही हो रही है जिवें के गुरु नानक देव जी दी सी। पहली रात रहिंदी आप पलंग तों उठ के शरीरक क्रिया साध इशनान पानी करके अपने आसन ते विराज के अपनी समाध विच मगनानंद हो जांदे। जद प्रभात हो आउंदी है तां दीवान स्थान विच बलवंड आ शब्दी चौकी लाउंदा है ते गुरु जी दीवान विच आ के निज सिंघासन ते विराज जांदे हन। जद शब्दी चौकी हो चुकदी तद जिस दुखिए पर दृष्टि आपती पै जांदी उस दा दुख दूर हो जांदा। शब्द कीर्तन दे मगरों श्री गुरु नानक देव जी दे गुणानुवाद साखियां ते जगत उपकार दी चर्चा विचार हुंदी। होर वादू गल दी आग्या नहीं सी हुंदी। फिर बाहरों आए नवे सिख संगतां पेश हुंदियां। जो सिख ऐसे आउंदे जो गुरु नानक देव जी नूं मिल चुके से तां आप उन्हां तों गुरु नानक देव जी दी गलबात पुछदे सुणदे। जे कोई नवा आउंदा तां उस ते कृपा दृष्टि करदे। इस तरह लगभग पैर दिन चढ़ जांदा। इस तों मगरों लंगर तैयारी दी खबर आउंदी। भाई बुढ़ा अरदास करदा सबना समेत गुरु जी लंगर विच जांदे ते पंगत ला बैठदे। चार वरन दे इकट्ठे प्रशादे छकदे भांडे मिट्टी दे ते पत्रां दे हुंदे। एक पंगत विच बैठ के प्रशाद छकना इस लई तोरिया सी कि एक एक आदमी वखरा चमका रचे ते रोटी पकाए। ये हटके जाति घृणा कटे। लंगर तों मगरों गुरु जी चार घड़ी लई विराज जांदे। जद नींद घर उठदे तां बालक आ जांदे। आप उन्हां दीआं खेलां देखदे ते कई वेर आप भी उन्हां नाल खेलदे। कदे कदे तीसरे पैर पहलवानां दी कुश्ती भी वेखदे। इस तों बाद दीवान सज जांदा ते बलवंड कीर्तन करदा। फिर कुछ चिर कथा हुंदी। संध्या वेले सोधर हो के लंगर हो जांदा। फिर गुरु जी अपने आसन ते ध्यान मगन हो जांदे ते पैर रात गए दे लगभग पलंग ते बराज जांदे। इस तरह दे रंग वेख के कुछ दिनां मगरों लाहौर दी संगत टुर गई। गुरु जी दे प्रगट होण दी खबर सारे धुम गई सी। दूरों दूरों हुण सिख ते संगतां आउण लग पईआं। खडूर विच करतारपुर वाला रंग जम गया। कथा कीर्तन उपदेश नाम दी दात ते आत्म जीवन दी वंड दा प्रवाह टुर पिया। पर गुरु जी दा संकोच अलग थलग अपने रंग रहना प्रवृत्ति विच निरवृत्ति रंग खेडना इंज रहे जिवें कोई बन विच एकांत वासी रहिंदा है। जथा इस प्रकार निसदिवस बतावै सिखियम ते सतनाम जपावै
आपन टेग माया व्यवहार जिक्र न होन देत किस बार हरख सोग जेत कबिद नाना इनको सिख्या न करे बखाना एक रस बित समान जिन केरी राग न द्वैक मित्र नहीं बैरी सदा आनंद प्रेम रस बागे श्री नानक जस सो नित लागे सूर्य प्रकाश। साखी सोलवी हुक्म ते कर्म भाई बिरद दे पास एक सिख ने प्रश्न किया कि जी अज आसा दी वार विच रबाबी ने श्री गुरु अंगद देव जी का श्लोक लाया सी एह जग सच्चे की है कोटड़ी सच्चे का विचवास एक ना हुक्म समाए लै एक ना हुक्मे करे विनाश एक ना भाणे कढ ले एक ना माया विच निवास ए पे आख ना जा पई जे किसे आने रास नानक गुरमुख जानिए जां को आप करे प्रगास। इस श्लोक तो मैनू ए संसा हो आया है बख्शे गुरु के जब सब कुछ हुक्म ने करना है तां साडे की वस असी कास नू कुछ करिए ते कीते तों डरिए क्यों। बिरद जी सुन के मुस्करा पए ते आखण लगे सब कोई अपने कीते दी जिम्मेवारी तों भजना चाहुंदा है और बहाना भालदा है महापुरखां दे वाकां तों। वाक हुंदा किसे प्रथाए है ते लोकी ला लैंदे हन किसे होर प्रथाए ते अक्सर अपने मन मने प्रथाए ते। महाराज जी दे इस वाक दा प्रथाए तेरे कीते या करने तों उचेरा ते विशाल है। आप जी फरमाउंदे हन जगत सच्चे दा रचिया होया है राज वांगू नहीं जो घर उसार के अपने पिंड चला जांदा है पर मालक वांगू जो घर बना के उस दे विच आप वसदा है किंतु वो घर दा मालक घर लई बद्धे निजमां दा कैदी वांगू बंदिया मान नहीं हुंदा उस दा वो मालक है ते स्वतंत्र है अर्थात वो मालक है जिस नूं घर बंदिया मान नहीं कर रहा। इस घर वांगू ये जगत समझ लो जो करता पुरख ने बनाया ते बना के उसका कादर भी है स्वतंत्र मालक की हैसियत विच। सो जगत तो मालक के बनाए निजमां विच बद्धा है पर वो जगत मालक नूं किसे निजम विच नहीं बन सकता वो मालक स्वतंत्र है स्वछंद है उसकी सर्व शक्ति मानता नूं कोई डक रंक रोक नहीं सकता। इउं समझो कि जगत जो उसने रच दिता है वह उसनू हदबंदियों विच नहीं बन सकता इंसानी दिमाग दियां विचारियां हदबंदियों तो वह बेहद होन करके परे ते स्वतंत्र है उस दे करने उस दे विचार सब जीव की ज्ञात ते मेहनती तो परे हैं वह अमित दे होन करके अमित हैं सच्चे दे होन करके सच्चे हैं सच्चे तेरे करने सर्व विचार ते साडे दिमाग विच मित हन इस लई उस दे विचार कीते करने साडे लई हुक्म ना कहया जाई अकथ हन। सिख फिर सानू कुछ तो पता नहीं लग सकदा। बिरद करता कादर करीम जिस ते मेहर करके अपना चानना पा देंदा है वह गुरमुख कहीदा है जिस पर चानना पै गया वह करता पुरख नू प्राप्त हो जाता है। इस विच सैनत यह है कि उस गुरमुख का सत्संग करो ता जो तुसां ते भी प्रकाश पवे। सिख मैं जाता सी कि इसका अर्थ है गुरु द्वारा जानीदा है जिस ते आप प्रकाश पा देवे। बिरद गुरमुख पद का गुरु द्वारा अर्थ भी गुरबाणी विच है गल फिर उत्थे ही आ जाएगी जिस उत्ते ओ प्रकाश पवे वह जानता है सो जिस ते प्रकाश पिया वह जाननहार हो गया धुनी विच ओही रही कि उसका सत्संग करो। सिख फिर जो असा कुछ किया बिरद आपे बीज आपे ही खाह साडे लई ए नियम है असी इस पर टुर गए साडे करने ते विचार मायावी हन हद विच हन पर वह करता पुरख अमित बल अमित ज्ञान वाला सानू रच के
ਤੇ ਵਿਆਪਕ ਹੋਣ ਕਰਕੇ ਇਸ ਤਰ੍ਹਾਂ ਦੇ ਨਿਯਮਾਂ ਨਾਲ ਆਪ ਨਹੀਂ ਨਾ ਬੱਝ ਗਿਆ। ਉਸ ਦੇ ਅਖਤਿਆਰ ਤੇ ਕਰਨੇ ਸੱਚੇ ਹਨ, ਸਵੈ ਛੰਦ ਸੁਤੰਤਰ ਬੇਰੋਕ ਤੇ ਅਮਿਤ ਹਨ। ਜਿਸ ਨੂੰ ਚਾਹੇ ਮਿਹਰ ਨਾਲ ਕੱਢ ਲਵੇ, ਜਿਸ ਨੂੰ ਚਾਹੇ ਆਪਣੇ ਰਾਹੇ ਤੁਰਿਆ ਰਹਿਣ ਦੇਵੇ। ਬੇਹੱਦ ਦੇ ਵਸੀਕਾਰ ਨੂੰ ਤੁਸੀਂ ਹੱਦ ਨਾ ਲਾਓ। ਤੁਸੀਂ ਯਤਨ ਕਰੋ, ਮਿਹਨਤ ਕਰੋ, ਤੁਹਾਡੀ ਘਾਲ ਥਾਂ ਪਵੇਗੀ। ਆਪਣੇ ਲਈ ਵੱਧੇ ਗਏ ਨਿਯਮਾਂ ਵਿੱਚ ਟੁਰੋ, ਪਰ ਇਹ ਨਾ ਸਮਝੋ ਕਿ ਇਸ ਨਾਲ ਉਸ ਸਰਵ ਸ਼ਕਤੀਮਾਨ ਦੀ ਮਿਹਰ ਨੂੰ ਰੋਕ ਪੈ ਜਾਵੇਗੀ। ਉਹ ਸਵੈਛੰਦ ਆਪਣੀ ਰਾਹੇ ਟੁਰੇਗੀ। ਕੀ ਜਾਣੀਏ, ਤੁਸੀਂ ਹੀ ਕਿਰਪਾ ਪਾਤਰ ਬਣ ਜਾਣਾ ਹੈ। ਇਸ ਲਈ ਕਰੋ ਕਾਰ, ਸਭ ਕਰੋ ਹੀਲਾ, ਭਜਨ ਪਾਠ ਅਰਦਾਸ ਬੰਦਗੀ ਦਾ, ਪਰ ਨਾਲ ਹੀ ਟੇਕ ਰੱਖੋ ਮੇਰਾਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 17 ਗੁਰਬਾਣੀ ਗੁਰਸਾਖੀ। ਪ੍ਰਾਣਾਂ ਤੋਂ ਪਿਆਰੇ ਗੁਰੂ ਦੇ ਵਿਛੋੜੇ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਪਹਿਲੇ ਦਿਨ ਤਾਂ ਮਾਈ ਵਿਰਾਈ ਦੇ ਘਰ ਪਿਆਰੇ ਦੀ ਯਾਦ ਵਿੱਚ ਨਿਮਗਨ ਬੈਠਿਆਂ ਬੀਤੇ। ਫਿਰ ਸਦ ਆਈ ਸੰਗਤ ਦੀ, ਸਾਡੇ ਵੱਲ ਵੀ ਧਿਆਨ ਕਰੋ। ਗੁਰੂ ਨਾਨਕ ਦੇਵ ਦੀ ਆਗਿਆ ਚਿੱਤ ਕਰਕੇ ਕਿ ਇਹ ਵੀ ਉਹਨਾਂ ਦੀ ਸੇਵਾ ਹੈ। ਆਪ ਜਗਤ ਪ੍ਰੇਮ ਵਿੱਚ ਵੀ ਸਮਾਂ ਦੇਣ ਲੱਗ ਪਏ। ਇਹ ਜਗਤ ਪ੍ਰੇਮ ਆਪ ਦਾ ਕੀ ਸੀ? ਜਗਤ ਨਿਸਤਾਰਨ ਜਿਵੇਂ ਤਾਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ, ਇਹ ਕੰਮ ਕਰਦਿਆਂ ਆਪ ਦਾ ਆਪਾ ਤਾਂ ਰਹਿੰਦਾ ਹੈ ਸੱਚੇ ਦੀ ਲਿਵ ਵਿੱਚ, ਤੇ ਫਿਰ ਆਏ ਜੀ ਨੂੰ ਵਰੋਸਾ ਕੇ ਟੋਰਦੇ ਹਨ। ਸ਼ਰਧਾ ਧਾਰ ਕੇ ਆਇਆ ਖਾਲੀ ਨਹੀਂ ਗਿਆ। ਇਉਂ ਹੋ ਰਹੇ ਹਨ ਦੋਵੇਂ ਕੰਮ, ਆਪਣੇ ਰੰਗ ਰਵੇ ਅਕੇਲਾ ਤੇ ਅਵਰਹ ਨਾਮ ਜਪਾਵੇ ਦਾ। ਹੁਣ ਆਪ ਜੀ ਇੱਕ ਨਵੇਂ ਕੰਮ ਦੇ ਚਾਉ ਵਿੱਚ ਆਏ, ਜਿਸ ਵਿੱਚ ਇੱਕ ਪਾਸੇ ਤਾਂ ਪਿਆਰੇ ਗੁਰੂ ਦੀ ਯਾਦ ਦਾ ਸਵਾਦ ਮੌਲਦਾ ਵੱਧਦਾ ਰਹੇ ਤੇ ਦੂਜੇ ਪਾਸੇ ਉਸ ਸਮੇਂ ਦੇ ਜਗਤ ਦਾ ਤੇ ਅੱਗੋਂ ਆਉਣ ਵਾਲੇ ਜਗਤ ਦਾ ਹੁੰਦਾ ਰਹੇ ਨਿਸਤਾਰਾ। ਆਪ ਦੇ ਜੀਓ ਵਿੱਚ ਰਸ ਭਰੀ ਪ੍ਰੇਰਣਾ ਉਪਜੀ ਕਿ ਪਿਆਰੇ ਗੁਰੂ ਦੀ ਬਾਣੀ ਇੱਕ ਥਾਂ ਇਕੱਠੀ ਕੀਤੀ ਜਾਵੇ ਤੇ ਜੀਵਨ ਸਮਾਂ 4 ਲਿਖੇ ਜਾਣ। ਇਸ ਕੰਮ ਲਈ ਲੋੜਾਂ ਸਨ 3। ਨੰਬਰ 1 ਅੱਖਰ, ਨੰਬਰ 2 ਬਾਣੀ, ਨੰਬਰ 3 ਜੀਵਨ ਸਮਾਚਾਰ। ਅੱਖਰ ਤਾਂ ਬਣ ਚੁੱਕੇ ਸਨ ਗੁਰਮੁਖੀ, ਇਹ ਵਿਆਉਂਤੇ ਸਨ ਆਪ ਹੀ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਹੀਨ ਹਯਾਤ ਤੇ ਤਦੋਂ ਹੀ ਇਸ ਵਿੱਚ ਕੁਛ ਬਾਣੀ ਵੀ ਲਿਖੀ ਗਈ ਸੀ। ਇੱਕ ਪੋਥੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਪਾਸ ਹੈਗੀ ਵੀ ਸੀ, ਜਿਵੇਂ ਲਿਖਿਆ ਕਿ ਤੁਖਾਰੀ ਰਾਗ ਦੀ ਬਾਣੀ ਮਹੱਲਾ ਪਹਿਲਾ ਦੀ ਪੋਥੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ। ਆਸਾ ਦੀ ਵਾਰ ਸ਼ੇਖ ਬ੍ਰਹਮ ਇਬਰਾਹਿਮ ਫਰੀਦ ਦੇ ਗੱਦੀ ਨਸ਼ੀਨ ਅਤੇ ਦੁਨੀ ਚੰਦ ਪ੍ਰਥਾਏ ਹੋਈ ਸੀ। ਉਹ ਕੀਰਤਨ ਵਿੱਚ ਪ੍ਰਵਿਰਤ ਸੀ ਤੇ ਗੁਰੂ ਜੀ ਪਾਸ ਹੈ ਸੀ। ਹੋਰ ਇਕੱਠੀ ਕਰਨ ਦਾ ਪ੍ਰਬੰਧ ਇਹ ਕੀਤਾ ਕਿ ਜਿੱਥੇ ਬਾਣੀ ਦਾ ਪਤਾ ਸੀ ਜਾਂ ਲੱਗਾ ਮੰਗ ਕਰ ਘੱਲੀ, ਜਿਵੇਂ ਕੁਛ ਬਾਣੀ ਹੱਸੂ ਲੁਹਾਰ ਤੇ ਸੀਹੇ ਸ਼ੀਂਬੇ ਪਾਸ ਹੋਈ ਹੈ ਸੀ। ਫਿਰ ਜਦ ਕੋਈ ਗੁਰੂ ਨਾਨਕ ਪ੍ਰੇਮੀ ਆਇਆ ਤਾਂ ਉਸ ਤੋਂ ਪਤਾ ਕਰਨਾ ਕਿ ਤੁਸਾਂ ਪਾਸ ਕੋਈ ਗੁਰੂ ਕਾ ਸ਼ਬਦ ਜਾਂ ਬਾਣੀ ਹੈ, ਜਿਸ ਪਾਸ ਹੋਵੇ ਲੈ ਲੈਣੀ ਜਾਂ ਉਤਾਰਾ ਕਰਵਾ ਲੈਣਾ। ਜਿਸ ਤਰ੍ਹਾਂ ਮਲਾਰ ਦੀ ਵਾਰ ਦੀਆਂ 27 ਪੌੜੀਆਂ ਕਸ਼ਮੀਰ ਦੇ ਬ੍ਰਹਮਦਾਸ ਪਾਸ ਸ਼ਾਰਦਾ ਅੱਖਰਾਂ ਵਿੱਚ ਹੈ ਸਨ, ਜਦੋਂ ਦਰਸ਼ਨਾਂ ਨੂੰ ਆਇਆ ਤਾਂ ਇਹ ਵਾਰ ਉਸ ਤੋਂ ਮਿਲੀ। ਮਾਈ ਦੀ ਵਾਰ ਦੀਆਂ ਪੌੜੀਆਂ ਸੈਦੋ ਕਿਹੋ ਪਾਸ ਉਸ ਦੀਆਂ ਆਪਣੀਆਂ ਲਿਖੀਆਂ ਟਾਕਰੇ ਅੱਖਰਾਂ ਵਿੱਚ ਹੈ ਸਨ। ਇਸ ਸੈਦੋ ਕਿਹੋ ਨੇ ਰਾਮਕਲੀ ਮਹੱਲਾ ਪਹਿਲਾ ਦੀ ਕੁਛ ਬਾਣੀ ਵੀ ਲਿਖੀ ਸੀ ਜੋ ਸਿੱਧਾ ਪ੍ਰਥਾਏ ਸੀ, ਯਥਾ ਜਿੱਤ ਦਰ ਵਸੈ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਸੁਣ ਮਾ ਛਿੰਦਰਾ ਨਾਨਕ ਬੋਲੇ ਆਦਿ। ਸੈਦਪੁਰ ਸੰਡਿਆਲੀ ਦੀ ਕਤਲ ਸਮੇਂ ਉਚਾਰੇ ਸ਼ਬਦ ਝਾੜੂ ਕਲਾਲ ਨੇ ਲਿਖ ਲਏ ਸਨ, ਉਸ ਪਾਸੋਂ ਮਿਲ ਪਏ। ਸਿੱਧ ਗੋਸ਼ਟ ਅਜੀਤ ਰਧਾਵੇ ਤੋਂ ਮਿਲੀ। ਵੈਸੇ ਤਾਂ ਗੁਰੂ ਜੀ ਤ੍ਰਿਕਾਲਗ ਸਨ, ਆਪ ਨੂੰ ਆਪਣੇ ਗੁਰੂ ਦੀ ਬਾਣੀ ਦਾ ਸਾਰਾ ਥੋ ਸੀ, ਪਰ ਇਨਸਾਨੀ ਨੁਕਤੇ ਤੋਂ ਜੋ ਪ੍ਰਬੰਧ ਕੀਤਾ ਸੀ ਉਹ ਇੱਥੇ ਥੋੜਾ ਦੱਸਿਆ ਹੈ। ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਜੀ ਨੂੰ ਉਹਨਾਂ ਦੀ ਵੱਡੀ ਉਮਰੇ ਮਿਲੇ ਸਨ, ਇਸ ਕਰਕੇ ਆਪ ਜੀ ਨੇ ਗੁਰੂ ਜੀ ਦੀ ਪਹਿਲੀ ਉਮਰਾਂ ਦੇ ਸਮਾਚਾਰ ਆਪ ਨਹੀਂ ਸਨ ਵੇਖੇ ਹੋਏ।
सो तीसरा काम जो आप आरंभिया वो सी श्री गुरु जी दे जीवन समाचार दा एकत्र करना। आप जी दे बाल लीला दे समाचार तलवंडी तो इकट्ठे कीते, कुछ तां चाचा काल लालू जी तो मिले ते कुछ होर ना तो, कुछ समाचार मगरले भाई बाल या बाला तो मिले जिन्हां ने गुरु जी दे बचपन दे चोज वेखे सन, वो साखी सन अर्थात देखणहार। जो वार्ता अखी डिठी इन्हां ने लिखाई उसका नाम धरिया जन्म साखी। अर्थात जन्म समय या बाल लीला की अखी देखी हुई उगाही या गलबात। इस तो उपरंत फिर इस तरह होया कि जदों कोई गुरु नानक प्रेमी दर्शनों नूं आया तो उस नाल वरती गलबात या उसके सामने हुई गलबात लिखवा ली। प्रेमिया का आना श्री गुरु नानक देव जी की जीवन यात्रा के समत वार के कर्म अनुसार तो नहीं सी ना हुंदा। इस करके हर वार्ता उत्ते जो किसी होर तो मिले लिखिया जाना साखी होर चली। इस तरह जो प्रेमी सफरां विच नाल रहे से जिवें सैदो दूजी उदासी विच नाल सी तां ओह हाल उस तो लिखवा लिया। इस तरह मसाला इकट्ठा करके कर्मवार किया गया। पहली साखी का नाम जन्म साखी लिखिया होण करके सारी का नाम हो गया जन्म साखी ते अर्थ हो गया जीवन चरित्र। सो गुरु जी हर आए गए गुरु नानक देव जी दे सिख तो बाणी या उस सामने वरती साखी सुनदे ते लिखवा लेंदे। पर इस तरह के कार्य करदे भी लिखिया है कि आप जी विशेष करके अपने आत्मक काम विच मगन रहिंदे। यथा सोरठ सतगुर बेपरवाह सद अलिप्त जग में रहे ज्यों कमल रहे जल में रहे अपरस जग मो सदा चौपई तै ऐसे जुगत दयाल रहें भली बुरी जग सुने ना कहें जे को वर्ण आश्रम मंत्र है सतगुर संगत कबू न करे चार वर्ण तहां एक समाना नहमिद निखेद पूर्ण मत कियाना ताते को समीप न पावे मस्तक टेक दूर ते जावे जो लोक वेद कुल पै नहीं तरे हर की प्रेम भक्त मन करे सो दरसो सतगुर की संगत आवे दर्स परस परमार्थ पावे महिमा प्रकाश शंदाबंदी जोगी साखी। साखी नंबर 18 जोगी। शिवरात्रि फगण वदी 14 नूं होया करदी है। इस दिन एक वर्त हुंदा है जो सर्वसाधारण लोग भी करते हैं, पर शिव उपाशक ते खास करके सिद्ध जोगी बड़े औखे तरीके ते विधियां नाल ये वर्त निभाउंदे हन। कुछ चोटी ते वड्डे जोगी ये वर्त रख के फिर उपार के सने सने टुरदे पिंडां विच दी हुंदे खडूर आ पहुंचे। हुण चित चल रहा सी ते रुत गुलाबी हो रही सी। सवेरां दे वेले बड़े सुहावने हो रहे से। दीवान विच आसा दी वार दा भोग पै चुका सी, पर श्री जी अजे बैठे सन ते बाहरों आए कुछ सिख दर्शन वेले करके असीसां लै चुके से। कुछ पेश हो रहे से कि खबर आई कि जोगियां दी जमात आप दे दर्शन वेले वास्ते आई है। भाई बुढ़ा जी ने उन्हां दा आदर कीता ते तपियाणे उन्हां दा डेरा करवाया है, पर वह दर्शनां लई काले हन ते आ रहे हन। यह गल हो ही रही सी कि जमात आ गई। आदेश आदेश की धुनी गूंज उठी। श्री गुरु जी ने बड़े आदर नाल जमात का स्वागत किया ते मिठे बचना नाल जीओ आया कह के आया दा मन तोखिया। सिद्ध हुण सभा विच बैठ गए ते खेम कुसर दी पुछ दवली चंगे आदर नाल होई। फिर सिद्ध गुरु नानक गुण गायन करते रहे। फिर जोगियां ने सियाणप नाल गल नूं अपने प्रयोजन की सिद्धि वल मोड़ लिया जो गुरु अंगद देव जी नूं परतौने दा सी ते गलबात इस प्रकार की छिड़ पई। एक सिद्ध गुरु नानक सारी आयु अचुक रहे पर आप अगे झुके सुने हन। किस अगे झुके उसके दर्शन की आकांक्षा सी जो हुण पूर्ण हुई। किस गुण करके झुके ये जानने की लालसा है। गुरु जी जो अचुक निरंजन अगे झुकया
ਉਹ ਅਚੁੱਕ ਕਾਸਮ। ਜੋ ਗੋਦੀ ਲਏ ਬਾਲ ਵੱਲ ਝੁੱਕ ਕੇ ਤੱਕਿਆ, ਉਸ ਨੂੰ ਝੁਕਿਆ ਕਿਉਂ ਕਹੀਏ? ਜੋ ਮਾਇਆ ਅੱਗੇ ਝੁੱਕ ਰਹੇ ਜਗਤ ਦੇ ਸਾਹਮਣੇ ਨਾ ਝੁਕਿਆ, ਉਸਦੀ ਅਚੁੱਕਤਾ ਨੂੰ ਆਤਮਕ ਸੁਤੰਤਰਤਾ ਕਿਉਂ ਨਾ ਕਹੀਏ? ਜੋ ਮਾਇਆ ਅੱਗੇ ਝੁੱਕ ਰਹੇ ਜਗਤ ਦੇ ਸਾਹਮਣੇ ਨਾ ਝੁਕਿਆ, ਉਸਦੀ ਅਚੁੱਕਤਾ ਨੂੰ ਆਤਮ ਸੁਤੰਤਰਤਾ ਕਿਉਂ ਨਾ ਕਹੀਏ? ਸਿੱਧ ਅਚਰਜ ਹੋ ਕੇ ਆਪ ਦੀ ਵਾਕ ਰਚਨਾ ਤੇ ਯਥਾਰਥ ਵਕਤਰਤਾ ਤਦ ਰੂਪ ਹਨ। ਧੰਨ ਹੋ, ਕਹੋ ਕਿਸ ਗੁਣ ਰਜਾਇਆ ਗੁਰੂ ਨੂੰ? ਗੁਰੂ ਜੀ, ਗੁਣਾਂ ਦੇ ਸੋਮੇ ਨੂੰ ਸੰਪੂਰਨ ਗੁਣਹੀਣਤਾ ਦੇਖ ਕੇ ਆਪਣੇ ਉਮਾ ਗੁਣਾਂ ਨਾਲ ਭਰ ਦੇਣ ਦਾ ਚਾਅ ਆ ਗਿਆ, ਜਿਵੇਂ ਮਾਹੂ ਵਗ ਰਹੀ ਆੜ ਭਰ ਦਿੰਦੀ ਏ ਤਰੱਟੀ ਵੱਟ ਵਾਲੇ ਖੇਤ ਨੂੰ। ਸਿੱਧ ਵਾਹ ਵਾਹ, ਪ੍ਰਸੰਨ ਕਰ ਦਿੱਤਾ ਨੇ, ਧੰਨ ਹੋ, ਚਿੱਤ ਉੱਛੜਦਾ ਏ ਕਿ ਆਪ ਨੂੰ ਯੋਗ ਵਿਭੂਤੀਆਂ ਨਾਲ ਭਰ ਦੇਈਏ। ਗੁਰੂ ਜੀ, ਅਨੁਗ੍ਰਹਿ ਹੈ, ਰੀਝੇ ਹੋ ਤਾਂ ਪੁੱਛ ਕੇ ਦਾਤ ਕਰਨੀ, ਜੋ ਮੰਗਾਂ ਸੋ ਦੇਣਾ। ਸਿੱਧ, ਦੱਸੋ ਕਿਹੜੀ ਸ਼ੈ ਵਿਸ਼ੇਸ਼ ਪਸੰਦ ਹੈ? ਗੁਰੂ ਜੀ, ਗਰੀਬੀ। ਸਿੱਧ ਇਹ ਸੁਣ ਕੇ ਨੈਣ ਮੁੰਦ ਕੇ ਤੇ ਮਗਨ ਜਿਹੇ ਹੋ ਗਏ ਕਿ ਇਹ ਨਾ ਸਿੱਧੀ ਹੈ, ਨਾ ਨਿਧੀ, ਨਾ ਰਿਧੀ, ਤੇ ਨਾ ਅੱਠ ਦੀ ਗਿਣਤੀ ਵਿੱਚ ਹੈ, ਤੇ ਨਾ 18 ਦੀ, ਨਾ 9 ਦੀ ਵਿੱਚ ਹੈ। ਜਦ ਅੱਖਾਂ ਖੋਲੀਆਂ ਤਾਂ ਇੱਕ ਸਿੱਧ ਨੇ ਕਿਹਾ, ਮੈਨੂੰ ਆਕਾਸ਼ਬਾਣੀ ਹੋਈ ਹੈ ਕਿ ਤ੍ਰਿਲੋਕੀ ਦੀ ਗਰੀਬੀ ਗੁਰੂ ਨਾਨਕ ਨੂੰ ਮਿਲੀ ਸੀ ਤੇ ਉਹ ਗੁਰੂ ਅੰਗਦ ਨੂੰ ਦੇ ਆਏ ਹਨ। ਸੋ ਇਹ ਸ਼ੈ ਤਾਂ ਆਪ ਪਾਸ ਅੱਗੇ ਹੀ ਅਮਿਤ ਹੈ। ਜੋ ਅਸੀਂ ਆਖਦੇ ਹਾਂ ਤੁਸੀਂ ਉਹ ਲੈ ਲਓ, ਉਹ ਹੈ ਯੋਗ। ਇਹ ਸ਼ੈ ਸਾਨੂੰ ਪਰਮ ਪਿਆਰੀ ਹੈ ਤੇ ਆਪ ਤਾਂ ਹੀ ਦੇਣ ਨੂੰ ਚਿੱਤ ਕਰਦਾ ਹੈ। ਇਸ ਬਿਨਾਂ ਨਿਰਮਲਤਾ ਨਹੀਂ, ਨਿਰਮਲਤਾ ਬਿਨ ਸਿੱਧੀ ਨਹੀਂ, ਸਿੱਧੀ ਬਿਨ ਜਗਤ ਨਹੀਂ ਭਤੀਜਦਾ। ਨਾ ਹੀ ਹੱਠ ਯੋਗ ਕਮਾਏ ਬਿਨਾਂ ਰਾਜ ਯੋਗ ਤੇ ਕੇਵਲ ਪ੍ਰਾਪਤੀ ਹੈ। ਗੁਰੂ ਜੀ, ਸੱਜਣੋ, ਯੋਗ ਇੱਕ ਪ੍ਰਾਪਤ ਹੈ ਗੁਰੂ ਨਾਨਕ ਦੀ ਮਿਹਰ ਦਾ ਸਦਕਾ। ਉਹ ਹੱਠ ਦਾ ਯੋਗ ਨਹੀਂ, ਆਪੇ ਦਾ ਯੋਗ ਨਹੀਂ, ਉਹ ਪਰਮਾਤਮਾ ਵਿੱਚ ਯੋਗ ਹੈ। ਜੀਵ ਤੱਤ ਦਾ ਪਰਮ ਤੱਤ ਵਿੱਚ ਜੁੜਨਾ ਹੈ, ਜੋ ਦਾਤ ਹੋ ਕੇ ਮਿਲੀ ਹੈ ਦਾਤੇ ਗੁਰੂ ਤੋਂ। ਇਹ ਆਖਦੇ ਵੈਰਾਗ ਵਿੱਚ ਆ ਗਏ ਤੇ ਬੜੀ ਮਧਰ ਧੁਨੀ ਵਿੱਚ ਗਲੇ ਤੋਂ ਸੱਦ ਹੋਈ, ਸਲੋਕ ਮਹੱਲਾ ਤੀਜਾ, ਏਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਾਮਾਤ, ਸਾਹਿਬ ਤੁਠੈ ਜੋ ਮਿਲੈ। ਇਸ ਸ਼ੁਕਰ ਤੇ ਪਿਆਰ ਵਾਲੇ ਫਖਰ ਨਾਲ ਭਰੀ ਸੱਦ ਸੁਣ ਕੇ ਸਭ ਦੇ ਲੂੰ ਕੰਡੇ ਖੜੇ ਹੋ ਗਏ। ਅਰ ਕਿਤਨਾ ਚਿਰ ਚੁੱਪ ਛਾਈ ਰਹੀ। ਫਿਰ ਗੁਰੂ ਜੀ ਬੋਲੇ, ਬਿਨਾਂ ਸਹਿਜ ਯੋਗ ਦੇ ਮੁਕਤ ਨਹੀਂ, ਤੇ ਭੇਖ ਨਾਲ ਤਾਂ ਜਗ ਪਤਿਆਉਂਦਾ ਹੈ, ਆਤਮਾ ਨਹੀਂ ਪਤੀਜਦਾ। ਸਿੱਧ, ਉਹ ਸਹਿਜ ਯੋਗ ਕਿਹੜਾ ਹੈ? ਫਿਰ ਗੁਰੂ ਜੀ ਬੋਲੇ, ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਆਪ ਦੇ ਇੱਕ ਭਰਥਰ ਨਾਮੇ ਜੋਗੀ ਪ੍ਰਤੀ ਆਖਿਆ ਸੀ, ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ, ਪਰਮ ਤੰਤ ਮੈਂ ਜੋਗਿੰਗ। ਹਾਂ, ਇਉਂ ਫਰਮਾਇਆ ਸੀ ਸਤਿਗੁਰ ਅਰਸ਼ਾਂ ਕੁਰਸ਼ਾਂ ਦੇ ਮਾਲਕ ਨੇ। ਆਸਾ ਮਹੱਲਾ ਪਹਿਲਾ, ਗੁਰਕਾ ਸ਼ਬਦ ਮਨਹਿ ਮੈਂ ਮੁੰਦਰਾ, ਖਿੰਥਾ ਖਿਮਾ ਹੰਡਾਵੋ, ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਬਾਬਾ ਜੁਗਤਾ ਜੀਓ ਜੁਗਹਿ ਜੁਗ ਜੋਗੀ, ਪਰਮ ਤਤ ਤੰਤ ਮੈਂ ਜੋਗਿੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗਿੰ ਰਹਾਉ, ਸਿਵ ਨਗਰੀ ਮਹਿ ਆਸਣ ਬੈਸਾਉ, ਕਲਪ ਤਿਆਗੀ ਬਾਦੰ ਸਿੰਘੀ, ਸ਼ਬਦ ਸਦਾ ਧੁਨ ਸੋ ਹੈ, ਐਨਸ ਪੂਰੈ ਨਾਦੰ, ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵਿਭੂਤੰ, ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਤੀਤੰ, ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹੋ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਸੋ ਗੁਰੂ ਬਖਸ਼ੇ ਯੋਗ ਦਾ ਸਰੂਪ ਇਹ ਹੈ। ਫਿਰ ਗੁਰੂ ਬਾਬਾ ਜੀ ਨੇ ਇੱਕ ਵਾਰ ਲੱਛਣ ਆਖੇ ਸਨ ਕਿ ਐਸਾ ਜੋਗੀ ਸਮਦ੍ਰਿਸ਼ਟਾ ਹੋਵੇਗਾ, ਉਸ ਵਿੱਚ ਰਾਗ ਦਵੈਖ ਨਹੀਂ ਰਹੇਗਾ, ਜਿਸ ਵਿਖੇ ਰਾਗ ਦਵੈਖ ਨਹੀਂ ਉਹ ਸਭ ਦਾ ਭਲਾ ਮੰਗੇਗਾ। ਇਸ ਕਰਕੇ ਜੋਗੀ ਦਾ ਇੱਕ ਲੱਛਣ ਸਭ ਦੇ ਭਲੇ ਵਿੱਚ ਜਿਉਣਾ ਹੈ।
ਇਹ ਐਸੇ ਜੋਗੀ ਦਾ ਮਨ ਸੰਸੇ ਬਿਰਤੀ ਤੋਂ ਪਾਰ ਹੋ ਜਾਏਗਾ, ਉਸ ਦਾ ਮਨ ਟਿਕ ਜਾਏਗਾ, ਜੇ ਦੌੜੇਗਾ ਤਾਂ ਉਹ ਬੰਨ ਬਹਾਲੇਗਾ। ਉਹ ਬ੍ਰਹਮ ਲਿਵ ਵਿੱਚ ਜੀਵਨ ਤੋਂ ਮਾਨੋ ਜੋਗੀ ਜਗਤ ਵਾਸ਼ਨਾ ਤ੍ਰਿਸ਼ਨਾ ਦੇ ਜੀਓ ਉੱਠਿਆ ਜਿਉਂਦੇ ਜੀ ਮਰਿਆ ਹੋਇਆ ਰਹੇਗਾ, ਨਿਰਭਉ ਪਾਤੇ ਖੇਡੇਗਾ। ਉਸ ਦੀ ਬਿਰਤੀ ਸਹਿਜ ਰਸ ਵਿੱਚ ਟਿਕੀ ਰਹੇਗੀ। ਇਹ ਸਭ ਕੁਝ ਗੁਰੂ ਬਾਬੇ ਨੇ ਦੱਸਿਆ ਕਿ ਮਾਇਆ ਵਿੱਚ ਵਸਦਿਆਂ ਮਾਇਆ ਦੇ ਮਾੜੇ ਅਸਰ ਤੋਂ ਬਚੇ ਰਹਿਣ ਵਾਲੇ ਗ੍ਰਸਤੀ ਜੀਵਨ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ। ਇਹ ਯੋਗ ਦੀ ਪ੍ਰਾਪਤੀ ਦੀ ਜੁਗਤ ਇਹੋ ਦੱਸੀ ਹੈ। ਗੁਰੂ ਬਾਬੇ ਨੇ ਸਤਿਗੁਰ ਨੂੰ ਮਿਲ ਕੇ ਨਾਮ ਪ੍ਰਾਪਤੀ ਕਰ ਲੈਣੀ, ਸੰਸੇ ਨਿਵਰਤ ਕਰ ਲੈਣੇ ਅਤੇ ਮਨ ਨੂੰ ਵਾਸ਼ਨਾ ਤੋਂ ਵਰਜਦੇ ਰਹਿਣਾ, ਨਾਮ ਦੀ ਕਮਾਈ ਕਰਨੀ, ਹੋਰ ਜੋ ਭੇਖਮਾਤਰ ਯੋਗ ਧਾਰਨਾ ਹੈ ਉਹ ਯੋਗ ਨਹੀਂ। ਤੁਸੀਂ ਵਿਚਾਰਵਾਨ ਹੋ, ਸਿੱਧ ਹੋ, ਖਿਮਾ ਕਰਨੀ। ਜੋ ਆਮ ਯੋਗੀ ਫਿਰ ਰਹੇ ਹਨ ਉਹ ਗੋਦੜੀ, ਡੰਡਾ, ਸੁਆਹ ਜਾਂ ਵਿਭੂਤ ਮਲ ਲੈਣੀ, ਮੁਦਰਾ ਪਾ ਲੈਣੀਆਂ, ਕੰਨ ਪੜਵਾ ਕੇ ਜਾਂ ਸਿਰ ਮੁਨਾ ਕੇ ਘੋਣ ਮੌਣ ਹੋ ਜਾਣ ਨੂੰ ਜਾਂ ਸਿੰਗੀ ਲੈ ਕੇ ਉਸ ਵਿੱਚੋਂ ਨਾਦ ਵਜਾਉਂਦੇ ਫਿਰਨ ਨੂੰ ਯੋਗ ਸਮਝ ਬੈਠੇ ਹਨ। ਕੋਈ ਮਸਾਣਾ ਵਿੱਚ ਜਾ ਬੈਠੇ, ਕੋਈ ਤਾੜੀਆਂ ਲਾਉਣ ਮਾਤਰ ਨੂੰ ਜਾਂ ਤੀਰਥਾਂ ਅਤੇ ਮੇਲਿਆਂ ਪੁਰਬਾਂ ਪਰ ਫਿਰਦੇ ਰਹਿਣ ਨੂੰ ਹੀ ਯੋਗ ਸਮਝ ਕੇ ਘਰੋਂ ਘਾਟੋਂ ਗਏ ਗੁਜ਼ਰੇ ਹੋ ਗਏ ਹਨ। ਇਹ ਪ੍ਰਤੱਖ ਆਪ ਹੀ ਦੇਖ ਲਓ, ਵਰਤਾਰਾ ਵਰਤ ਰਿਹਾ ਹੈ। ਖਿਮਾ ਕਰਨੀ ਕਿਸੇ ਨਿਰਾਦਰ ਲਈ ਨਹੀਂ, ਤੱਤ ਵਿਚਾਰ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਾ ਹੋਣ ਵਾਂਗ ਦੱਸ ਰਿਹਾ ਹਾਂ ਜੋ ਸਭ ਨੂੰ ਦਿਸ ਰਿਹਾ ਹੈ। ਦੂਸਰੇ, ਜੋ ਸੱਜਣ ਹਠਯੋਗ ਕਰਦੇ ਹਨ ਉਹ ਅਕਸਰ ਵਿਭੂਤੀਆਂ ਦੀ ਪ੍ਰਾਪਤੀ ਲਈ ਕਰਦੇ ਹਨ, ਕੁਛ ਉਮਰਾਂ ਲੰਮੀ ਕਰਨ ਲਈ ਕਰਦੇ ਹਨ। ਉਹ ਪਰਮਾਤਮ ਦੇਵ ਨਾਲ ਜੁੜਨਾ ਨਹੀਂ, ਉਹ ਤਾਂ ਮੁੜ ਘਿੜ ਕੇ ਮਾਇਆ ਦੇ ਗੇੜ ਵਿੱਚ ਹੀ ਰਹਿਣਾ ਹੈ। ਹਾਂ, ਜਿਨ੍ਹਾਂ ਨੂੰ ਵੈਰਾਗ ਹੋਇਆ ਹੈ ਅਤੇ ਫਿਰ ਵਿਭੂਤੀਆਂ ਤੋਂ ਵੀ ਵੈਰਾਗ ਹੋਇਆ ਹੈ, ਉਹ ਫਿਰ ਰਾਜ ਜੋਗ ਕਮਾਉਂਦੇ ਹਨ ਅਤੇ ਆਪੇ ਵਿੱਚ ਜੁੜਦੇ ਹਨ। ਪਰ ਐਸੇ ਸੱਜਣ ਅਕਸਰ ਬਣਾ ਪਰਬਤਾਂ ਵਿੱਚ ਜਾ ਵਸਦੇ ਹਨ, ਉਹਨਾਂ ਦਾ ਜਗਤ ਨੂੰ ਲਾਹਾ ਕੋਈ ਨਹੀਂ। ਜਦ ਉਹ ਚੰਗੇ ਲੋਕ ਜੋ ਨਿਰਵਾਸ ਹੋ ਕੇ ਭਲਿਆਈ ਵਿੱਚ ਹੋਰ ਭਲੇ ਹੋ ਗਏ ਅਤੇ ਟੁਰ ਗਏ ਬਣਾ ਪਰਬਤਾਂ ਨੂੰ, ਤਦ ਪਰਜਾ ਦੁਖੀ, ਕਿਉਂਕਿ ਜਦ ਪਰਜਾ ਵਿੱਚੋਂ ਚੰਗੇ ਆਦਮੀ ਨਿਕਲ ਜਾਂਦੇ ਹਨ ਅਤੇ ਫਿਰ ਪਿੱਛੇ ਸਧਾਰਨ ਲੋਕ ਦੁੱਖ ਪਾਉਣ ਨੂੰ ਰਹਿ ਜਾਂਦੇ ਹਨ। ਜੇ ਐਸੇ ਵਿਰਲੇ ਜੋਗੀ ਵਿੱਚੇ ਰਹਿਣ ਅਤੇ ਭਲਿਆਈ ਕਰਨੀ ਸਿਖਾ ਲੈਣ ਅਤੇ ਪਰਜਾ ਦਾ ਦੁੱਖ ਸੁੱਖ ਵੰਡਣ ਅਤੇ ਉੱਚ ਜੀਵਨ ਦੀ ਜਾਚ ਦੱਸਣ, ਤਾਂ ਜਗਤ ਵਿੱਚ ਸੁੱਖ ਵਰਤੇ ਅਤੇ ਜੋਗੀ ਦੇ ਯੋਗ ਦਾ ਕੁਛ ਲਾਹਾ ਮਿਲੇ। ਸਿੱਧ, ਇਹ ਸੱਚ ਹੈ ਕਿ ਕਈ ਮਖੱਟੂ ਘਰ ਦੇ ਕੰਮਾਂ ਤੋਂ ਰੁੱਸ ਕੇ ਜੋਗੀ ਆ ਬਣਦੇ ਅਤੇ ਮੰਗ ਪਿੰਨ ਕੇ ਖਾਣ ਨੂੰ ਯੋਗ ਸਮਝ ਲੈਂਦੇ ਹਨ, ਪਰ ਭੇਖ ਲਏ ਬਿਨਾਂ ਬੰਦਾ ਪਕੜ ਵਾਲੇ ਗ੍ਰਸਤ ਜੀਵਨ ਤੋਂ ਨਹੀਂ ਛੁੱਟਦਾ। ਦਰ ਦਰ ਮੰਗੇ ਬਿਨਾਂ ਲੋਕ ਇਲਾਜ ਨਹੀਂ ਛੁੱਟਦੀ ਅਤੇ ਹੰਕਾਰ ਨਹੀਂ ਮਰਦਾ। ਤੀਰਥ ਨਾਤੇ ਬਿਨਾਂ ਮੈਲ ਨਹੀਂ ਲੈਂਦੀ। ਨੇਤੀ, ਧੋਤੀ, ਪ੍ਰਾਣਾਯਾਮ, ਨੌਲੀ ਆਦਿ ਕੀਤੇ ਬਿਨਾਂ ਅਰੋਗਤਾ ਨਹੀਂ ਰਹਿੰਦੀ, ਸਿੱਧੀ ਨਹੀਂ ਪ੍ਰਾਪਤ ਹੁੰਦੀ, ਇਕਾਂਤਵਾਸ ਬਿਨ ਬਿਰਤੀ ਨਹੀਂ ਜੁੜਦੀ। ਸੋ ਸਭੇ ਸਾਧਨ ਅਵਸ਼ ਹਨ। ਗੁਰੂ ਜੀ, ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ ਕਿ ਮੇਰਾ ਤਨ ਹੀ ਫਕੀਰੀ ਵੇਸ ਹੈ, ਮੇਰਾ ਮਨ ਹੀ ਮੰਦਰ ਹੈ, ਮੇਰੇ ਅੰਦਰ ਹੀ ਤੀਰਥ ਹੈ। ਇਸ ਤੀਰਥ ਵਿੱਚ ਨਾਮ ਦਾ ਅਭਿਆਸ ਰੂਪੀ ਇਸ਼ਨਾਨ ਕਰਦਾ ਹਾਂ। ਇਸ ਦੇ ਤੁਫੈਲ ਕਰਤਾਰ ਦਾ ਮੇਰੇ ਪ੍ਰਾਣਾ ਇਸ ਦੇ ਤੁਫੈਲ ਕਰਤਾਰ ਦਾ ਨਾਮ ਮੇਰੇ ਪ੍ਰਾਣਾ ਵਿੱਚ ਆ ਵਸਿਆ ਹੈ। ਇਸ ਤਰ੍ਹਾਂ ਮੇਰਾ ਮਨ ਦਇਆਲ ਵਾਹਿਗੁਰੂ ਦੇ ਪਿਆਰ ਵਿੱਚ ਵਿੰਨ ਹੋ ਗਿਆ ਹੈ। ਇਹੋ ਸਾਧਨ ਹੈ ਜੋ ਗ੍ਰਸਥ ਦੇ ਵਿੱਚੋਂ ਹੀ ਸਾਰੇ ਸਾਧਨ ਸਾਰ ਦਿੰਦਾ ਹੈ। ਇਹੋ ਪ੍ਰਾਪਤੀ ਹੈ ਜੋ ਵਿੱਚ ਬੈਠੇ ਹੀ ਹੋ ਜਾਂਦੀ ਹੈ। ਸਿੱਧ ਜੀਓ ਜੀ, ਅੰਤਰ ਆਤਮੇ ਪਰਮਾਤਮਾ ਨਾਲ ਮਿਲਣੇ ਦਾ ਨਾਮ ਯੋਗ ਹੋਣਾ ਚਾਹੀਦਾ ਹੈ। ਸਿੱਧ, ਇਹ ਨਵੀਂ ਪ੍ਰੀਖਿਆ ਹੈ, ਨਵਾਂ ਤਜਰਬਾ ਹੈ ਜੋ ਗੁਰੂ ਨਾਨਕ ਨੇ ਕਰਨਾ ਪਾਇਆ ਹੈ ਕਿ ਗ੍ਰਸਥ ਵਿੱਚ ਨਿਰਵਾਣ ਹੋਵੇ। ਉਹਨਾਂ ਕੀਤਾ ਹੈ, ਤੁਸਾਂ ਕਰ ਵੇਖੋ। ਸਾਡੀ ਜਾਚੇ ਘਰ ਛੱਡਣਾ ਹੀ ਬਣਦਾ ਹੈ। ਪਰਮਾਰਥ ਪ੍ਰਾਪਤੀ ਇਕਾਂਤਵਾਸ ਬਿਨਾਂ ਨਹੀਂ ਹੋ ਸਕਦੀ। ਹਾਂ, ਸੱਚੀ ਅਸਾਂ ਸੁਣਿਆ ਹੈ ਕਿ ਆਪ ਜੀ ਗੁਰੂ ਨਾਨਕ ਦੀ ਉਚਾਰੀ ਬਾਣੀ ਜੋ ਥਾਂ ਪਰ ਥਾਂ ਹੋਈ ਹੈ ਇਕੱਠੀ ਕਰਕੇ ਪੋਥੀ ਤਿਆਰ ਕਰ ਰਹੇ ਹੋ ਜਾਂ ਕਰ ਲਈ ਹੈ। ਜੇ ਆਪ ਜੀ ਉਦਾਮੀ ਨਾ ਮੰਨੋ ਤਾਂ ਕਿਵੇਂ ਪੁੱਛ ਲਵਾਂ ਕਿ ਵੇਦ ਬਾਣੀ ਦੇ ਹੁੰਦਿਆਂ ਹੋਰ ਬਾਣੀ ਦੀ ਕੀ ਲੋੜ ਸੀ ਅਤੇ ਗੁਰੂ ਜੀ ਦੇ ਵੇਲੇ ਵੇਲੇ ਬਚਨ ਉਚਾਰੇ ਉਪਦੇਸ਼ ਦਾ ਕੰਮ ਤਦੋਂ ਤਾਂ ਦੇ ਗਏ, ਹੁਣ ਇਕੱਠੇ ਕਰਕੇ ਇੱਕ ਹੋਰ ਬਾਣੀ ਬੰਨਣ ਦਾ ਕੀ ਲਾਭ।
गुरु जी अपने अडोर सहज टिकाओ विच गल्लां कर रहे से सुन के जरा गौर नाल तके ते फिर उसे अपनी धीमी आवाज विच बोले, तुसां जी ने वेद ते शास्त्री रचनावां पढ़िया होसन, उन्हां विच पाप पुन दी विचार है, कथा हन, कहानियां हन, फिर उस पाप पुन दे विचारां विच कीकू दान देना, कीकू कर्म फल लेना हुंदा है, दित्ता कीकू लईदा है, लिया कीकू देईदा है, कीकू कीते कर्मां अनुसार नरक ते सुरग विच निवास पाईदा है। दूजे उदों गल सिखी दी है जातां उपजातां दीआं किस्मां दी ते भरम सिख लैंदा है, उन्हां तों संसार उच्चियां ते पवित्र जातां ते नीवियां ते अपवित्र जातां दे फर्क करने दा, इन्हां फर्कां विच ही पिया भटकदा गल की वर्ण आश्रम ते कर्म कांड। यह है तालीम उस बाणी दी जिस नूं तुसीं वेदां दी आखदे हो जां कह लईए कि वेदां द्वारा आई कि रची गई है। कर्म हों आसरित करदे हन, वर्ण आश्रम नाल हों वधदी है या वधेरे पीटी हुंदी है, हों टुटदी है ज्ञान नाल, ज्ञान प्राप्त हुंदा है परमात्म देव उत्ते प्यार नाल ध्यान जोड़न ते तद रूप हो जाण नाल, ध्यान जुड़दा है साईं वल लिव लाउण नाल, लिव लगदी है नाम नाल। गुरु नानक देव जी सन आप साईं नाल मिले गोबिंद रूप, सो गुरु नानक देव जी नूं नाम नाम नाल साईं लिव विच अनन प्रेम द्वारा जुड़िया ध्यान विच इह बाणी प्राप्त हुई है, जो उन्हां आखी ते मैं संचय कर रहा हां यह ब्रह्म ज्ञान है जो उन्हां नूं ध्यान मगनता या समाधि विच मिलिया है। यह बाणी गुरमुख ते गोबिंद रूप गुरु नानक ने उचारी है, यह अमर करता दी बाणी है, अमर बाणी अमर है, अमर करने हारी है, अमर त्वत मिठी है, गुरमुखां ने इस नूं समझिया है, जिन्हां ने इस जिन्हां ते इस दी बख्शिश होई है। इस बाणी विच तत् असली आत्म सारता दा वर्णन है, अर्थात यह शुद्ध ज्ञान है ते ज्ञान प्राप्ति दा वसीला भगती प्रेम ते नाम सिखालदी है, फिर यह सिखालदी है कि करतार अपने हुक्म नाल सृष्टि नूं साजदा है, ऊच नीच दी सूग कास नूं ते अपने हुक्म विच जगत मर्यादा नूं टोरदा है, सब दी पालना करदा ते संभालदा वेखदा है, तां विखेवें क्यों। इउं जद हुक्म दी पछाण हो जांदी है तां हउमै टुट जांदी है। तुसीं विचार लओ कि मुक्ति प्राप्त होण तों पहलां हउमै टुटनी जरूरी है कि नहीं। इस गुरु बाणी नाल हउमै टुटदी है, सो इह सिद्धा राह साईं मेल दा दसदी है, इसे करके उचारी गई सी ते इसे करके हुण दे ते आउण वाले जगत दे उधार लई ते सुखैन उधार लई इस बाणी नूं इकट्ठा करना जरूरी है। प्रजा नूं जगत नूं अग्ञान तों इस ने चुक के ज्ञानमई ते सुखी कर देना है। सिद्ध जियो देखो, श्री गुरु नानक देव जी ने आप फरमाया सी, वेद पुकारे पुन पाप न सुर्ग नरक का बियो, जो बीजै सो उगवै खांदा जाने जियो। सिद्ध काला होके वेद दियां उपनिखदां ज्ञान प्रतिपादन करदियां हन। गुरु जी गुरु बाबे दे इस श्लोक दियां बाकी सत्रां भी श्रवण कर लो जियो। श्री गुरु नानक जी फरमाउंदे हन, ज्ञान सलाहे वड्डा कर सचो सचा नाओ, सच बीजै सच उगवै दरगै पाईऐ थाओ, वेद वपारी ज्ञान रास करमी पलै होए, नानक रासी बाहरा लद ना चलिया कोय। वार सारंग महला पहला। सिद्ध की तात्पर्य है, गुरु जी वेद तो सुरग की प्राप्ति ते नरक तो बचण दे रस्ते दसदा है ते दोहां दा कारण पुन ते पाप दसदा है। जो जैसा बीज बीजेगा वह कुछ चुकेगा ते उसका फल बीजन वाला जीव अवश्य मेव खावेगा। वेद कर्म मार्ग की मत दिंदा है, परंतु ज्ञान यह गल दसदा है कि सच्चे परमेश्वर नूं वड्डा करके भाव बहुत ही वड्डा जान के उसकी सिफत सलाह करो ते उस सच्चे का नाम जो सच्चा है उसनु पकड़ो, भाव
ਸੱਚੇ ਦੇ ਨਾਮ ਦਾ ਅਭਿਆਸ ਕਰੋ। ਸੋ ਕਰਮ ਕਾਂਡ ਦੇ ਨਿਰੇ ਕਰਮ ਮਾਤਰ ਬੀਜਾਂ ਦੀ ਥਾਂ ਇਹ ਸੱਚੇ ਦੇ ਨਾਮ ਅਤੇ ਹਰੀ ਜਸ ਦਾ ਸੱਚ ਰੂਪੀ ਬੀਜ ਬੀਜੋ, ਫਿਰ ਸੱਚ ਉਪਜੇਗਾ, ਅਰਥਾਤ ਸਤ ਸਰੂਪ ਪਰਮਾਤਮਾ ਪ੍ਰਾਪਤ ਹੋਵੇਗਾ, ਜਿਸ ਕਰਕੇ ਸੱਚੇ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਹੋਵੇਗੀ, ਉਸ ਦੇ ਸਰੂਪ ਵਿੱਚ ਨਿਵਾਸ ਮਿਲੇਗਾ। ਨਾਥ ਜੀ, ਨਿਰੇ ਵੇਦ ਵਿੱਚ ਤਾਂ ਗਿਆਨ ਨਹੀਂ ਜੀ, ਨਿਰੇ ਵੇਦ ਵਿੱਚ ਤਾਂ ਗਿਆਨ ਨਹੀਂ ਸੀ, ਪਰ ਗਿਆਨ ਮਾਰਗ ਜਦ ਤੁਰਿਆ ਤਾਂ ਵੇਦ ਨੇ ਆਪਣੀ ਕਰਮ ਦੀ ਸ਼ੈਲੀ ਵਿੱਚ ਉਪਨਿਖਦਾਂ ਨੂੰ ਵੇਦਾਂਤ ਦਾ ਨਾਮ ਦੇ ਕੇ ਆਪਣੇ ਨਾਲ ਜੋੜ ਕੇ ਗਿਆਨ ਦੀ ਰਾਸ ਹੀ ਪਾ ਲਈ। ਸੋ ਗਿਆਨ ਹੁਣ ਵੇਦ ਨਾਲ ਵੀ ਹੋ ਗਿਆ ਨੇ, ਪਰ ਗਿਆਨ ਦੀ ਦਾਤ ਕਰਤਾਰ ਦੀ ਕਰਮ ਦੀ ਨਦਰ ਬਖਸ਼ਿਸ਼ ਨਾਲ ਕਰਤਾ ਪੁਰਖ ਤੋਂ ਸਿੱਧੀ ਮਿਲਦੀ ਹੈ। ਇਹ ਕਿਸੇ ਦੀ ਕੈਦ ਵਿੱਚ ਨਹੀਂ, ਉਸੇ ਸਾਈਂ ਦੀ ਨਦਰ ਕਰਮ ਨਾਲ ਤਤ ਗਿਆਨ ਦੀ ਰਾਸ ਗੁਰੂ ਨਾਨਕ ਦੇਵ ਜੀ ਨੂੰ ਸੁਤੇ ਸਿੱਧ ਪ੍ਰਾਪਤ ਹੈ। ਜਿਸ ਬਾਣੀ ਵਿੱਚ ਉਹ ਪ੍ਰਤਿਪਾਦਿਤ ਹੈ ਉਹ ਅਸੀਂ ਇਕੱਤਰ ਕਰ ਰਹੇ ਹਾਂ। ਉਸ ਦਾ ਇਕੱਤਰ ਕਰਨਾ ਪਰਮ ਪ੍ਰਯੋਜਨੀਆ ਹੈ, ਕਿਉਂਕਿ ਇਸ ਨਾਮ ਦੀ ਰਾਸ ਤੋਂ ਬਿਨਾਂ ਕੋਈ ਪ੍ਰਲੋਕ ਵਿੱਚ ਨਫ਼ਾ ਖੱਟ ਕੇ ਗਿਆ ਨਹੀਂ ਸਮਝਿਆ ਜਾ ਸਕਦਾ। ਵੱਡਾ ਸਿੱਧ ਬਾਕੀਆਂ ਵਨੇ ਤੱਕ ਬੋਲਿਆ, ਸੱਤਿਆ ਕਿਹਾ ਨੇ, ਫਿਰ ਗੁਰੂ ਜੀ ਵੱਲ ਤੱਕ ਕੇ ਬੋਲਿਆ, ਪਰ ਸਾਡਾ ਆਪ ਦਾ ਫਰਕ ਤਿਆਗ ਅਤੇ ਗ੍ਰਹਿਣ ਦਾ। ਗੁਰੂ ਜੀ, ਸਾਡਾ ਮਾਰਗ ਨਾ ਗ੍ਰਹਿਣ ਹੈ ਨਾ ਤਿਆਗ, ਪਰ ਗ੍ਰਹਿਣ ਵਿੱਚ ਤਿਆਗ ਹੈ, ਗ੍ਰਸਤ ਉਦਾਸ ਮਤ ਹੈ। ਸਿੱਧ, ਗੁਰੂ ਨਾਨਕ ਨੇ ਨਵਾਂ ਟੋਰਿਆ ਹੈ, ਤੁਸਾਂ ਸੰਭਾਲਿਆ ਹੈ। ਅਸੀਂ ਦੂਰ ਤੋਂ ਚੱਲ ਕੇ ਆਏ ਸਾਂ ਦੇਖਣ ਕਿ ਜੋ ਕਠਨ ਅਤੇ ਨਵੀਨ ਪੱਧਰ ਗੁਰੂ ਨਾਨਕ ਨੇ ਟੋਰੀ ਹੈ ਉਸ ਨੂੰ ਆਪ ਤਾਂ ਸੰਭਾਲਿਆ, ਉਹ ਸਮਰੱਥ ਸੀ, ਮਗਰੋਂ ਦੂਜਾ ਕੌਣ ਸੰਭਾਲੇਗਾ। ਜਦ ਸੁਣਿਆ ਕਿ ਸ੍ਰੀ ਚੰਦ ਜੀ ਵਰਗੇ ਤਿਆਗੀ ਨੂੰ ਤਿਆਗ ਕੇ ਆਪਣੇ ਬਾਲਕੇ ਨੂੰ ਦੇ ਗਏ ਹਨ ਤਾਂ ਚੌਂਪ ਲੱਗੀ ਕਿ ਚੱਲੋ ਦੇਖੀਏ ਦੂਜਾ ਕੌਣ ਸਮਰੱਥ ਪੁਰਖ ਆਇਆ ਹੈ ਜਿਸ ਨੇ ਜਲ ਵਿੱਚ ਰਹਿ ਕੇ ਖੰਭ ਸੁੱਕੇ ਰੱਖਣ ਦਾ ਮਾਰਗ ਸੰਭਾਲਿਆ ਹੈ। ਅਸੀਂ ਇਹ ਉਸੇ ਸਮਰੱਥ ਦੇ ਸਿਰ ਤੱਕ ਨਿਭਦੀ ਜਾਣਦੇ ਸਾਂ, ਪਰ ਆਪ ਨੂੰ ਦੇਖ ਕੇ ਪ੍ਰਸੰਨ ਹੋ ਗਏ ਹਾਂ ਕਿ ਆਪ ਉਹਨਾਂ ਦਾ ਹੀ ਰੂਪ ਹੋ। ਗੁਰੂ ਆਪਣੇ ਸਥਾਨੀ ਆਪੇ ਹੀ ਮਾਨੋ ਮੁੜ ਕੇ ਆ ਬੈਠਾ ਹੈ। ਹੱਸ ਕੇ, ਅਸੀਂ ਪ੍ਰੀਖਿਆ ਲਈ ਆਏ ਸਾਂ, ਪ੍ਰਸੰਨ ਚੱਲੇ ਹਾਂ। ਇਸ ਤਰ੍ਹਾਂ ਵਾਰਤਾਲਾਪ ਕਰਦੇ ਸਿੱਧ ਆਦੇਸ਼ ਆਦੇਸ਼ ਆਖਦੇ ਤੇ ਆਦਿ ਪੁਰਖ ਕੋ ਆਦੇਸ਼ ਸੁਣਦੇ ਵਿਦਾ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਾਈ ਕਦਾਰੂ। ਸਿੱਧ ਤਾਂ ਤਪਿਆਣੇ ਵੱਲ ਨੂੰ ਟੁਰ ਪਏ, ਪਰ ਸ੍ਰੀ ਗੁਰੂ ਜੀ ਅਜੇ ਦੀਵਾਨ ਵਿੱਚ ਹੀ ਬੈਠੇ ਸਨ ਤੇ ਸਿੱਖਾਂ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਇੱਕ ਜਗਿਆਸੂ ਆਇਆ, ਕਦਾਰੂ ਇਸ ਦਾ ਨਾਮ ਸੀ। ਇਸ ਨੂੰ ਘਬਰਾਹ ਵਿੱਚ ਵੇਖ ਕੇ ਸ੍ਰੀ ਗੁਰੂ ਜੀ ਨੇ ਪੁੱਛਿਆ, ਆ ਭਾਈ ਸੁੱਖ ਤਾਂ ਹੈ? ਕਦਾਰੂ ਦਾਤਾ ਗੁਰੂ ਜੀ, ਮਹੀਨਾ ਚੇਤ ਦਾ ਮੁੱਕ ਰਿਹਾ ਹੈ, ਝੱਲਾਂ ਬੇਲਿਆਂ ਨੂੰ ਡਾਉਣ ਲੱਗ ਰਹੇ ਹਨ, ਬਣ ਸੜ ਰਹੇ ਹਨ, ਮੈਨੂੰ ਵੇਖ ਕੇ ਪੈ ਆਇਆ ਹੈ ਕਿ ਇਸ ਤਰ੍ਹਾਂ ਜਗਤ ਨੂੰ ਕਾਮ ਕ੍ਰੋਧ ਛਲ ਦਗੇ ਦੀ ਦਾਵਾ ਨਾਲ ਲੱਗ ਰਹੀ ਹੈ, ਕਿਤੇ ਠੰਡ ਸ਼ਾਂਤ ਸੱਚਾ ਸੁੱਖ ਨਹੀਂ ਦਿਸਦਾ। ਆਪ ਦੀ ਸ਼ਰਨ ਆਇਆ ਹਾਂ ਕਿ ਸਾਰੇ ਜਗਤ ਨੂੰ ਲੱਗ ਰਹੀ ਅੱਗ ਤੋਂ ਕਿਵੇਂ ਬਚ ਰਹਾਂ। ਗੁਰੂ ਜੀ, ਜਦ ਬਣ ਨੂੰ ਅੱਗ ਲੱਗਦੀ ਹੈ ਤਾਂ ਮਿਰਗ ਕਿਵੇਂ ਬਚਦੇ ਹਨ? ਕਦਾਰੂ, ਨੱਸ ਕੇ ਨਦੀ ਵਿੱਚ ਆ ਵੜਦੇ ਹਨ। ਗੁਰੂ ਜੀ, ਬਣ ਨੂੰ ਲੱਗੀ ਅੱਗ ਵੇਖ ਕੇ ਮਿਰਗ ਆਦਿ ਜੰਤੂ ਨਦੀ ਵਿੱਚ ਜਾ ਵੜਦੇ ਹਨ, ਤਿਵੇਂ ਸੰਸਾਰ ਨੂੰ ਲੱਗ ਰਹੀ ਦਾਵਾ ਨਲ ਤੋਂ ਬਚਣ ਲਈ ਸਤਸੰਗ ਦੀ ਨਦੀ ਹੈ। ਕਦਾਰੂ, ਕਿਵੇਂ ਸਾਹਿਬ ਜੀਓ? ਗੁਰੂ ਜੀ, ਸਤਸੰਗਤ ਵਿੱਚ ਸ਼ਰਧਾ ਨਾਲ ਆਇਆ ਠੰਡ ਪੈਂਦੀ ਹੈ, ਸ਼ਬਦ ਬਾਣੀ ਵਿੱਚ ਟੁਬਕੀ ਲੈਣ ਨਾਲ ਮਨ ਦਾ ਇਸ਼ਨਾਨ ਹੋ ਜਾਂਦਾ ਹੈ, ਨਾਮ ਅੰਮ੍ਰਿਤ ਪੀਣ ਨਾਲ ਜੀਓ ਦਾ ਉਧਾਰ ਹੋ ਜਾਂਦਾ ਹੈ। ਇਸ ਨਦੀ ਦੇ ਕਿਨਾਰੇ ਜਾ ਬਹੀਦਾ ਹੈ, ਵਿੱਚ ਵੀ ਵੜੀਦਾ ਹੈ, ਇਸ਼ਨਾਨ ਵੀ ਕਰੀਦਾ ਹੈ, ਇਸ ਦਾ ਨਿਰਮਲ ਨੀਰ ਵੀ ਪੀਦਾ ਹੈ। ਇਹ ਸੁਣ ਕੇ ਕਦਾਰੂ ਸ਼ਰਨ ਪੈ ਗਿਆ, ਹੇ ਸੀਤਲ ਜਲ ਦੇ ਸ਼ਵ ਦਰਿਆ, ਰੱਖ ਲਿਓ ਇਸ ਇਆਣੇ ਤੇ ਮੂਰਖ ਨੂੰ। ਸਤਿਗੁਰ ਨੇ ਮਿਹਰ ਕਰਕੇ ਨਾਮ ਬਾਣੀ ਦੀ ਦਾਤ ਬਖਸ਼ੀ ਤੇ ਫੁਰਮਾਇਆ, ਕਦਾਰੂ, ਗੁਰੂ ਬਾਬੇ ਦਾ ਵਾਕ ਹੈ, ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਨਾਮ ਵਿੱਚ ਰਹੋ ਦੁਨੀਆਂ ਦੀ ਅਗਨ ਸਾੜੇਗੀ ਨਹੀਂ। ਕਦਾਰੂ ਨੇ ਪੂਰੀ ਕਮਾਈ ਨਾਮ ਦੀ ਕੀਤੀ ਤੇ ਬਖਸ਼ਿਸ਼ ਪਾ ਕੇ ਉੱਚ ਕੋਟੀ ਦਾ ਗੁਰਮੁਖ ਹੋਇਆ। ਇਸ ਦਾ ਨਾਮ ਭਾਈ ਗੁਰਦਾਸ ਜੀ ਨੇ ਆਪਣੇ 94 ਸਿੱਖਾਂ ਦੀ ਗਿਣਤੀ ਵਿੱਚ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਾਖੀ 20 ਸਿੱਧ ਪ੍ਰਯੋਜਨ। ਸ੍ਰੀ ਗੁਰੂ ਜੀ ਦੇ ਦਰਬਾਰ ਤੋਂ ਵਿਦਾ ਹੋ ਕੇ ਜੋਗੀ ਤਪਿਆਣੇ ਆਏ, ਜਿੱਥੇ ਕਿ ਡੇਰਾ ਕਰ ਗਏ ਸਨ। ਇਹਨਾਂ ਦੇ ਆਉਂਦਿਆਂ ਨੂੰ ਇਹਨਾਂ ਦੇ ਯੋਗ ਖਾਣ ਪਾਣ ਆਦਿ ਦਾ ਪ੍ਰਬੰਧ ਹੋ ਚੁੱਕਾ ਸੀ, ਸੋ ਸ਼ੱਕ ਛਕਾ ਕੇ ਲਾਹੌਰ ਦੀ ਸੜਕੇ ਪੈ ਗਏ। ਪਿਚਬਾਲ ਆਦਿ ਥਾਈਂ ਹੁੰਦੇ ਹੋਏ ਲਾਹੌਰ ਤੋਂ ਅੱਗੇ ਬਾਹਰ ਗੁੰਦਾਈ ਦੇ ਟਿੱਲੇ ਵੱਲ ਚਲੇ ਜਾਣ। ਇਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਖਾਤਰ ਅਜਿੱਤ ਰੰਧਾਵੇ ਅਤੇ ਭਾਈ ਬੁੱਢੇ ਨੇ ਕੀਤੀ। ਜਦੋਂ ਇਹ ਚਲੇ ਗਏ ਤਾਂ ਅਜਿੱਤੇ ਨੇ ਭਾਈ ਬੁੱਢੇ ਨੂੰ ਪੁੱਛਿਆ, ਬਾਬਾ ਜੀ, ਮੇਰਾ ਪਰਤਾਵਾ ਲੈਣਾ ਹੀ ਇਹਨਾਂ ਯੋਗੀਆਂ ਦਾ ਪ੍ਰਯੋਜਨ ਸੀ ਕਿ ਕੁਛ ਹੋਰ ਗੱਲ ਵੀ ਸੀ? ਭਾਈ ਬੁੱਢਾ ਮੁਸਕਰਾ ਪਿਆ ਅਤੇ ਆਖਣ ਲੱਗਾ, ਭਾਈ ਅਜਿੱਤਿਆ, ਮਨ ਆਪਣੀ ਮੈਂ ਦਾ ਪੁਜਾਰੀ ਹੈ। ਇਹ ਮੈਂ ਨੂੰ ਪਾਲ ਕੇ ਉੱਚਾ ਰੱਖ ਕੇ ਸੁਖੀ ਹੁੰਦਾ ਹੈ, ਚਾਹੇ ਮੈਂ ਭੁੱਲ ਵੱਲ ਲਿਜਾ ਰਹੀ ਹੋਵੇ ਅਤੇ ਚਾਹੇ ਅਭੁੱਲਤਾਈ ਵੱਲ। ਜਦੋਂ ਗੁਰੂ ਨਾਨਕ ਦੇਵ ਜੀ ਆਏ ਤਦੋਂ ਇਹਨਾਂ ਕੰਨਪਾਟੇ ਯੋਗੀਆਂ ਦਾ ਮਤ ਸਾਰੇ ਚੱਲ ਰਿਹਾ ਸੀ ਅਤੇ ਅਜੇ ਹੈ, ਪਰ ਗੁਰੂ ਨਾਨਕ ਦੇਵ ਨੇ ਆ ਕੇ ਪਰਜਾ ਦੇ ਦੁੱਖ ਹਰੇ ਸਿੱਧਾ ਸੌਖਾ ਰਾਹ ਦੱਸਿਆ, ਪਰਮਾਰਥ ਦੀ ਅਤੇ ਭਾਈਚਾਰੇ ਦੀ ਨੀਂਹ ਬੱਧੀ ਅਤੇ ਨਾਲੇ ਲੋਕ ਸਵਾਰਿਆ ਅਤੇ ਨਾਲੇ ਪਰਲੋਕ। ਅਜਿੱਤਾ, ਇਹ ਗੱਲ ਮੈਂ ਨਹੀਂ ਸਮਝੀ। ਭਾਈ, ਪਿਛਲਾ ਤਰੀਕਾ ਜਿੰਨਾ ਹੈ ਸਾਧਨ ਸੰਪਤੀ ਧਰਮ ਪ੍ਰਾਪਤੀ ਦਾ, ਉਹ ਧਰਮ ਨੂੰ ਕਹੋ, ਮਜ਼ਹਬ ਨੂੰ ਕਹੋ, ਦੀਨਦਾਰੀ ਨੂੰ ਕਹੋ, ਇੱਕ ਵਿਅਕਤੀਗਤ ਜਾਂ ਸ਼ਖਸੀ ਸ਼ੈ ਬਣਾਉਂਦਾ ਹੈ। ਇੱਕ ਮਨੁੱਖ ਅਲੱਗ ਥਲੱਗ ਰਹਿ ਕੇ ਧਰਮ ਕਮਾਉਂਦਾ ਅਤੇ ਸਿੱਧੀ ਨੂੰ ਪ੍ਰਾਪਤ ਹੋ ਕੇ ਇਕਾਂਤ ਜੀਵਨ ਬਸਰ ਕਰਦਾ ਅਤੇ ਆਪਣੀ ਪ੍ਰਾਪਤੀ ਦਾ ਜੋ ਕੁਛ ਵੀ ਫਲ ਹੋਵੇ ਉਸ ਨੂੰ ਮਾਣਦਾ ਹੈ। ਇਸ ਨਾਲ ਭਾਈਚਾਰੇ ਵਿੱਚੋਂ ਚੰਗੇ ਆਦਮੀ ਨਿਕਲ ਕੇ ਬਨਾ ਪਰਬਤਾਂ ਨੂੰ ਟੁਰ ਜਾਂਦੇ ਹਨ ਅਤੇ ਪਿੱਛੇ ਤਿਲ ਛੱਟ ਰਹਿ ਜਾਂਦਾ ਹੈ। ਇਸ ਕਰਕੇ ਪਰਜਾ ਗਿਆਨ ਵੀ ਹੁਣ ਰਹਿ ਕੇ ਇਹ ਕੰਧਕਾਰ ਵਿੱਚ ਆ ਜਾਂਦੀ ਹੈ, ਨਾ ਭਾਈਚਾਰੇ ਵਿੱਚ ਬਲ ਰਹਿ ਜਾਂਦਾ ਹੈ ਅਤੇ ਨਾ ਵਿਦੇਸ਼ੀ ਵੈਰੀਆਂ ਤੋਂ ਨਿੱਜ ਰੱਖਿਆ ਦੀ ਸੱਤਿਆ ਰਹਿ ਜਾਂਦੀ ਹੈ। ਇਸ ਕਰਕੇ ਸਾਰੀ ਪਰਜਾ ਜਰਵਾਣੇ ਪਠਾਣਾਂ ਤੋਂ ਦੁੱਖ ਭਰਦੀ ਭਰਦੀ ਹੁਣ ਮੁਗਲਾਂ ਦੇ ਹੁਕਮ ਹੇਠ ਹੀਣੀ ਹੋ ਰਹੀ ਸੀ ਕਿ ਫਿਰ ਪਠਾਣਾਂ ਨੇ ਸਿਰ ਚਾ ਲਿਆ ਹੈ। ਜਦੋਂ ਗੁਰੂ ਬਾਬਾ ਸੁਮੇਰ 'ਤੇ ਗਿਆ ਤਾਂ ਉੱਥੋਂ ਦੇ ਸਿੱਧਾਂ ਨੇ ਮਾਤ ਲੋਕ ਦਾ ਹਾਲ ਪੁੱਛਿਆ ਤਾਂ ਆਪ ਨੇ ਦੱਸਿਆ ਕਿ ਤੁਸੀਂ ਤਾਂ ਪਰਬਤਾਂ ਵਿੱਚ ਆ ਬੈਠੇ, ਜਿਨ੍ਹਾਂ ਨੇ ਪਰਜਾ ਨੂੰ ਅਗਵਾਨੀ ਦੇਣੀ ਸੀ। ਜਗਤ ਦੁਖੀ ਹੈ, ਦੁੱਖਾਂ ਵਿੱਚ ਡੁੱਬ ਰਿਹਾ ਹੈ, ਕੌਣ ਪਾਰ ਉਤਾਰਾ ਕਰੇ? ਉਹਨਾਂ ਦਾ ਇਹ ਆਖਣ ਤੋਂ ਮਤਲਬ ਇਹੋ ਸੀ ਕਿ ਧਰਮ ਸ਼ਖਸੀ ਸ਼ੈ ਨਹੀਂ ਰੱਖਣੀ ਚਾਹੀਏ, ਇਹ ਭਾਈਚਾਰੇ ਵਿੱਚ ਫੈਲਣਾ ਚਾਹੀਏ, ਜੋ ਸਾਰੇ ਉੱਚੇ ਸੁੱਚੇ ਅਤੇ ਚੰਗੇ ਹੋ ਜਾਣ। ਸਾਰੇ ਚੰਗੇ ਹੋ ਜਾਣ ਨਾਲ ਸਾਰੇ ਵਿਦਿਆਵਾਨ ਰਹਿਣ, ਗਿਆਨਵਾਨ ਹੋਣ, ਗੁਣ ਸੋਝੀ ਅਤੇ ਬਲ ਵਾਲੇ ਹੋਣ, ਘਰਾਂ ਨੂੰ ਵੀ ਸੰਭਾਲਣ ਅਤੇ ਬਚਾਓ ਕਰਨ, ਆਪਣਾ ਵੀ ਅਤੇ ਪਰਜਾ ਦਾ ਵੀ, ਫਿਰ ਧਰਮ ਵਿੱਚ ਵੀ ਕੋਈ ਦਖਲ ਨਾ ਦੇਵੇ। ਇਸ ਕਰਕੇ ਸਤਿਗੁਰੂ ਬਾਬੇ ਨੇ ਗ੍ਰਸਥ ਉਦਾਸ ਮਤ ਚੋਰਿਆ ਕਿ ਧਰਮੀ ਲੋਕ ਗ੍ਰਸਥ ਦੇ ਵਿੱਚ ਰਹਿਣ ਅਤੇ ਸਾਰੇ ਭਾਈਚਾਰੇ ਨੂੰ ਉੱਚਾ ਕਰਨ। ਯੋਗੀਆਂ ਦਾ ਮਤ ਉਲਟ ਹੈ, ਉਹ ਇਕਾਂਤ ਦੇ ਪ੍ਰੇਮੀ ਹਨ ਅਤੇ ਪਰਜਾ ਅਤੇ ਭਾਈਚਾਰੇ ਦੀ ਪ੍ਰਵਾਹ ਨਹੀਂ ਕਰਦੇ। ਯੋਗੀਆਂ ਦੇ ਵੱਢ ਕੇ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ, ਉਹਨਾਂ ਦੀ ਗਿਆਨ ਅਵਸਥਾ ਅਤੇ ਪੂਰਨ ਪ੍ਰਵੀਨਤਾ, ਕਿਆ ਆਤਮਕ, ਕਿਆ ਗਿਆਨਮਈ ਅਤੇ ਅਵਤਾਰਤਾ ਸਾਰੀ ਨੂੰ ਲੱਖ ਗਏ ਸਨ, ਪਰ ਇਹ ਨਾ ਸੁੱਝੀ ਕਿ ਇਹਨਾਂ ਦੇ ਮਗਰ ਲੱਗ ਟੁਰ ਗਏ। ਸੋਚ ਇਹੋ ਫੁਰੀ ਕਿ ਐਸਾ ਸੱਤਿਆਵਾਨ ਪੁਰਖ ਸਾਡੇ ਮਤ ਦਾ ਆਚਾਰਿਆ ਬਣ ਜਾਵੇ ਤਾਂ ਸਾਡੇ ਮਤ ਵਿੱਚ ਜਾਨ ਪੈ ਜਾਵੇ, ਹੋਰ ਤਰੱਕੀ ਹੋਵੇ। ਇਸ ਲਈ ਉਹ ਸਾਰੇ ਜੋਗੀ ਕਈ ਸਮਿਆਂ ਅਤੇ ਰਿੱਧੀਆਂ ਸਿੱਧੀਆਂ ਕਰਾਮਾਤੀ ਤਾਕਤਾਂ ਅਤੇ ਚਰਚਾ ਬਹਿਸਾਂ ਨਾਲ ਗੁਰੂ ਜੀ ਨੂੰ ਹਰਾਉਣ ਅਤੇ ਹਰਾ ਕੇ ਮਗਰ ਲਾਉਣ ਦੇ ਯਤਨ ਕਰਦੇ ਰਹੇ ਹਨ। ਉਹੋ ਹੀ ਗੱਲ ਹੁਣ ਵੀ ਸੀ ਇਹਨਾਂ ਯੋਗੀਆਂ ਦੀ। ਅਜਿੱਤਾ, ਕਿਉਂ ਜੀਓ? ਬਾਬਾ, ਮੈਂ ਦੀ ਪੂਜਾ ਸੱਚ ਨਾ ਪਛਾਣਨਾ, ਪਛਾਣਨਾ ਤਾਂ ਸੱਚ ਅੱਗੇ ਨਾ ਚੁੱਕਣਾ। ਦੇਖ ਸੁਣ ਬੁੱਝ ਕੇ ਇਹੋ ਫਿਕਰ ਕਿ ਸਾਡੇ ਪੰਥ ਵਿੱਚ ਸਾਡੇ ਏਡਾ ਵੱਡਾ ਪ੍ਰਭਾਵਸ਼ਾਲੀ ਮਹਾਂਪੁਰਖ ਆ ਜਾਵੇ ਤਾਂ ਸਾਡੀ ਤਰੱਕੀ ਹੋਵੇ। ਗੁਰੂ ਨਾਨਕ ਦੇਵ ਜੀ ਨਾਲ ਤਾਂ ਪੇਸ਼ ਨਾ ਗਈ, ਪਰ ਹੁਣ ਉਹਨਾਂ ਨੇ ਵਿਚਾਰਿਆ ਕਿ ਜੇ ਤਾਂ ਗੱਦੀ ਦੇ ਜਾਂਦੇ ਸ੍ਰੀ ਚੰਦ ਨੂੰ ਤਾਂ
ਤਾਂ ਤਾਂ ਉਹ ਅਤੀਤ ਮਾਰਗ ਵਾਲੇ ਸਨ। ਭੌਂ ਚੌ ਕੇ ਅਤੀਤ ਮਾਰਗ ਹੀ ਤੋਰਨਗੇ। ਹੁਣ ਗੱਦੀ ਦੇ ਗਏ ਹਨ ਇੱਕ ਪਿੰਡ ਦੇ ਵਪਾਰੀ ਨੂੰ। ਉਹ ਕਦੇ ਗੁਰੂ ਨਾਨਕ ਜਿਹੀ ਮਹਾਨ ਵਿਅਕਤੀ ਨਹੀਂ ਹੋ ਸਕਦਾ, ਪਰ ਉਮਤ ਸਾਰੀ ਗੁਰੂ ਨਾਨਕ ਦੀ ਉਸ ਦੇ ਮਗਰ ਹੈ। ਚਲੋ ਫਿਰ ਉਦਮ ਕਰੀਏ ਉਸ ਵਿਅਕਤੀ ਨੂੰ ਜੋ ਗੁਰੂ ਨਾਨਕ ਤੁਲ ਨਹੀਂ ਹੈ। ਪ੍ਰੇਰ ਲੈਣਾ ਕਿ ਹਰਾ ਲੈਣਾ ਕਿ ਸਿੱਧੀਆਂ ਵਿਭੂਤੀਆਂ ਦਾ ਲੋਭ ਦੇ ਦੇਣਾ ਸੌਖੇਰਾ ਰਹੇਗਾ, ਅਤੇ ਕਿਤੇ ਨਾ ਕਿਤੇ ਪ੍ਰੇਰ ਕੇ ਆਪਣੇ ਮਤ ਦਾ ਦਰਸ਼ਨ ਦੇ ਕੇ ਬਣਿਆ ਬਣਾਇਆ ਸਮਾਜ ਆਪਣੇ ਪੰਥ ਵਿੱਚ ਲੈ ਲਵਾਂਗੇ। ਪਰ ਜੋ ਕੁਛ ਵਾਰਤਾਲਾਪ ਅੱਜ ਹੋਈ ਹੈ, ਉਹਨਾਂ ਨੇ ਯੋਗ ਅਤੇ ਯੋਗ ਦੀਆਂ ਵਿਭੂਤੀਆਂ ਅਤੇ ਸਿੱਧੀ ਦੇ ਲੋਭ ਵੀ ਦਿੱਤੇ ਹਨ, ਵਿਚਾਰ ਚਰਚਾ ਵੀ ਕੀਤੀ ਹੈ, ਹੋਰ ਇਸ਼ਾਰੇ ਸਹਿਮਤਾਂ ਨਾਲ ਵੀ ਕਈ ਪੱਖ ਜੋਹੇ ਹਨ। ਅਖੀਰ ਤਸੱਲੀ ਹੋਈ ਏ ਇਹ ਵਿਅਕਤੀ ਗੁਰੂ ਨਾਨਕ ਤੁਲ ਹੈ। ਤੁਲ ਹੀ ਨਹੀਂ, ਉਸੇ ਦੀ ਕਾਇਆ ਪਲਟ, ਉਸੇ ਦੀ ਜੋਤ, ਉਸੇ ਦੀ ਮਤ ਅਤੇ ਉਸੇ ਦੀ ਵਕਤਰਤਾ ਹੈ। ਇਸੇ ਲਈ ਆਖ ਤੇ ਇਹ ਸੱਚ ਗਏ ਹਨ ਕਿ ਤੁਸੀਂ ਗੁਰੂ ਨਾਨਕ ਦੇਵ ਦਾ ਰੂਪ ਹੋ, ਪਰ ਦਿਲ ਵਿੱਚ ਨਿਰਾਸ਼ ਗਏ ਹਨ ਕਿ ਸਾਡਾ ਬਲ ਨਹੀਂ ਚੱਲ ਸਕਿਆ। ਅਜਿੱਤਾ: ਬਾਬਾ ਜੀ, ਉਹ ਤੁਸਾਂ ਨੇ ਠੀਕ ਸਮਝਿਆ ਹੈ। ਗੁਰੂ ਨਾਨਕ ਦੇਵ ਪੂਰੇ ਸਨ ਅਤੇ ਪੂਰੇ ਨੇ। ਜਿਨ੍ਹਾਂ ਨੂੰ ਪੂਰਾ ਕੀਤਾ ਉਹਨਾਂ ਦੀ ਘਾਲ ਸਿੱਧ ਯੋਗੀ ਵੀ ਚੱਲ ਨਹੀਂ ਸਕ ਉਹਨਾਂ ਦੀ ਘਾਲ ਸਿੱਧ ਯੋਗੀ ਕੀ ਚੱਲ ਸਕਦੇ ਹਨ। ਕਿਵੇਂ ਗੁਰੂ ਜੀ ਅੱਜ ਸਹਿਜ ਨਾਲ ਸ਼ਾਂਤੀ ਵਿੱਚ ਸਧਾਰਨ ਜਿਹੇ ਲੱਗਦੇ, ਉਹਨਾਂ ਨਾਲ ਗੱਲੀ ਜੁਟੇ ਰਹੇ, ਅਤੇ ਕਿਵੇਂ ਉਹਨਾਂ ਦੇ ਕਿਸੇ ਦਾਓ ਹੇਠ ਨਹੀਂ ਆਏ। ਰੇਸ਼ਮ ਵਾਂਗੂ ਕੂੜੇ ਕੂੜੇ, ਪੱਟ ਵਾਂਗੂ ਨਰਮ ਨਰਮ, ਪਰ ਸਿੱਧਾਂ ਦੀ ਕਿਸੇ ਤ੍ਰਿਖੀ ਧਾਰ ਨਾਲ, ਤ੍ਰਿਖੇ ਵਾਕਾਂ ਨਾਲ ਕਿਤੇ ਨਾ ਕੱਟੇ ਗਏ, ਨਾ ਰਤਾ ਮਾਤਰ ਕੱਤ ਹੀ ਕਦ ਖਾਧੀ। ਸਨਮਾਨ ਕੀਤਾ ਆਇਆਂ ਦਾ, ਦਿਲ ਰੱਖਿਆ ਵਾਰਤਾਲਾਪ ਵਿੱਚ, ਅਤੇ ਟੋਰੇ ਵੀ ਹਿੱਤ ਸਨਮਾਨਤਾ ਨਾਲ। ਇਹ ਹੈ ਗੁਰੂ ਘਰ ਦੀ ਗਰੀਬੀ, ਜਿਸ ਨੂੰ ਕੋਈ ਜ਼ੋਰ ਨਹੀਂ ਜਿੱਤ ਸਕਦਾ। ਬਾਬਾ ਬੁੱਢਾ, ਗਰੀਬੀ ਨਹੀਂ, ਇਹ ਅਸਲ ਤਾਣ ਹੈ, ਆਤਮ ਤਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ